ਜੱਜ ਟੀਵੀ ਦੇਖ ਰਹੇ ਤੁਸੀਂ, ਮੈਂ KP ਸਿੰਘ ਤੁਹਾਡਾ ਸਵਾਗਤ ਕਰਦਾ। 23 ਮਈ ਨੂੰ ਨਤੀਜੇ ਆਉਣੇ ਆ, ਫੈਸਲੇ ਦਾ ਦਿਨ ਹੋਵੇਗਾ। ਹਾਲਾਂਕਿ ਨਤੀਜਿਆਂ 'ਚ ਥੋੜ੍ਹਾ ਵਕਤ ਵੀ ਲੱਗ ਸਕਦਾ ਹੈਗਾ, ਜਦੋਂ VVPAT ਦੀ ਗਿਣਤੀ ਹੋਣੀ ਹੋਵੇ, ਮਿਲਾਣ ਹੋਣਾ ਹੋਵੇ ਤਾਂ ਬਹੁਤ ਕੁਛ ਹੋਊਗਾ। ਪਰ 23 ਮਈ ਇੱਕ ਤਰੀਕ ਹੈ ਜਿਹੜੀ ਉਹ ਤੈਅ ਕੀਤੀ ਗਈ ਹੈ। ਇਸ 23 ਮਈ ਤੋਂ ਪਹਿਲਾਂ, ਇੱਕ ਮਹੀਨਾ ਪਹਿਲਾਂ ਤੱਕ ਪੰਜਾਬ ਦੀ ਸਥਿਤੀ ਕੀ ਹੈਗੀ ਆ, ਅਸੀਂ ਉਸ 'ਤੇ ਚਰਚਾ ਕਰਨੀ ਹੈਗੀ ਹੈ, ਬਹਿਸ ਕਰਨੀ ਹੈਗੀ ਆ। ਅਸੀਂ ਇੱਕੋ ਸਵਾਲ ਪੁੱਛਾਂਗੇ, ਕੀ ਕਹਿੰਦੀ ਹੈ ਆਵਾਜ਼ੇ ਪੰਚਾ। ਉੱਨੀ ਮਈ ਨੂੰ ਚੋਣਾਂ ਹੋਣੀਆਂ ਪੰਜਾਬ ਦੇ ਵਿੱਚ 2019 ਦੇ ਲਈ, ਅਤੇ ਅੱਜ ਬਹਿਸ ਇਸ ਲਈ ਕਰ ਰਹੇ ਹਾਂ, ਬਹਿਸ ਦੇ ਵਿੱਚ ਜਿਹੜੇ ਪੁਆਇੰਟ ਸ਼ਾਮਿਲ ਹੋਣਗੇ ਤੁਹਾਨੂੰ ਦੱਸੀਏ। 23 ਮਈ ਦੇ ਫੈਸਲੇ ਤੋਂ ਪਹਿਲਾਂ ਪੰਜਾਬ 'ਚ ਅਜੇ ਵੀ ਉਮੀਦਵਾਰਾਂ ਦਾ ਐਲਾਨ ਬਾਕੀ ਹੈ, ਨਾਮਜ਼ਦਗੀਆਂ ਭਰਨ ਤੋਂ ਪਹਿਲਾਂ। ਕਾਂਗਰਸ, ਆਮ ਆਦਮੀ ਪਾਰਟੀ, PDA ਨੇ ਸਾਰੇ ਉਮੀਦਵਾਰ ਐਲਾਨੇ ਆ। ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ 2-2 ਉਮੀਦਵਾਰਾਂ ਦਾ ਐਲਾਨ ਅਜੇ ਵੀ ਬਾਕੀ। ਹਾਲਾਂਕਿ ਸੂਚੀ ਬਣ ਚੁੱਕੀ ਹੈ, ਤੈਅ ਹੋ ਚੁੱਕਿਆ, ਪਰ ਤੈਅ ਹੋਣ ਤੋਂ ਬਾਅਦ ਅਨਾਊਂਸਮੈਂਟ ਹੋਣੀ ਜ਼ਰੂਰੀ ਹੈ, ਉਹ ਨਹੀਂ ਹੋਈ। ਅਕਾਲੀਆਂ ਦੇ ਬਠਿੰਡਾ, ਫਿਰੋਜ਼ਪੁਰ ਅਤੇ ਭਾਜਪਾ ਦੇ ਖਾਤੇ ਦੀ ਗੁਰਦਾਸਪੁਰ ਅਤੇ ਹੁਸ਼ਿਆਰਪੁਰ ਸੀਟ ਬਾਕੀ ਹੈ। ਕਾਂਗਰਸ ਬਾਗੀਆਂ ਨੂੰ ਬਣਾਉਣ 'ਚ ਲੱਗੀ ਹੋਈ ਹੈ, ਅਕਾਲੀ ਨਵੇਂ ਪੁਰਾਣਿਆਂ ਨੂੰ ਪਾਰਟੀ ਨਾਲ ਜੋੜਨ 'ਚ ਲੱਗੇ। ਅਕਾਲੀਆਂ ਦਾਅਵਾ ਕਿ ਅਸੀਂ ਸਭ ਤੋਂ ਜ਼ਿਆਦਾ ਆਗੂ ਆਪਦੇ ਵਿੱਚ ਸ਼ਾਮਲ ਕਰ ਲਏ, ਲਿਸਟਾਂ ਵੀ ਜਾਰੀ ਕਰੀ ਜਾਂਦੇ ਆ। ਆਮ ਆਦਮੀ ਪਾਰਟੀ ਨੇ ਸਭ ਤੋਂ ਪਹਿਲਾਂ ਉਮੀਦਵਾਰ ਐਲਾਨਣ ਤੋਂ ਬਾਅਦ ਫਤਿਹਗੜ੍ਹ ਸਾਹਿਬ ਤੋਂ ਉਮੀਦਵਾਰ ਬਦਲ ਦਿੱਤਾ। ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੇ ਖਡੂਰ ਸਾਹਿਬ ਤੋਂ ਉਮੀਦਵਾਰ ਵਾਪਸ ਲਿਆ। ਇਹ ਤਾਜ਼ੇ ਹਾਲਾਤ ਨੇ ਪੰਜਾਬ ਦੇ, ਸਵਾਲ ਇੱਕੋ ਪੁੱਛਾਂਗੇ। ਵੱਡਾ ਸਵਾਲ ਅਸੀਂ ਇਹ ਪੁੱਛਾਂਗੇ ਇਸ ਡਿਬੇਟ ਦੇ ਵਿੱਚ, 2019 ਦੀਆਂ ਲੋਕ ਸਭਾ ਚੋਣਾਂ ਲਈ ਪੰਜਾਬ ਦੀ ਆਵਾਮ ਅਤੇ ਸਿਆਸੀ ਧਿਰਾਂ ਕਿੰਨੀਆਂ ਤਿਆਰ। ਇਸ ਸਵਾਲ 'ਤੇ ਬਹਿਸ ਕਰਾਂਗੇ, ਖਾਸ ਪੈਨਲ ਸਾਡਾ ਮੌਜੂਦ ਹੈਗਾ, ਉਹਨਾਂ ਤੁਹਾਡਾ ਤਾਰੁਫ ਕਰਾ ਰਿਹਾ। ਤਲੋਚਨ ਸਿੰਘ ਜੀ ਸੀਨੀਅਰ ਪੱਤਰਕਾਰ ਨੇ, ਇਹ ਪੰਜਾਬ ਦੀਆਂ ਸਿਆਸੀ ਧਿਰਾਂ ਨੂੰ ਚੰਗੀ ਤਰ੍ਹਾਂ ਜਾਣਦੇ ਆ, ਸਮਝਦੇ ਆ। ਤਲੋਚਨ ਸਿੰਘ ਦਾ ਲੰਬਾ ਤਜਰਬਾ ਹੈਗਾ। ਤਲੋਚਨ ਸਿੰਘ ਜੀ, ਤੁਹਾਡਾ ਬਹੁਤ ਸਵਾਗਤ ਹੈ। ਗੁਰਮਨੀਤ ਸਿੰਘ ਮਾਂਗੜ, ਕਾਂਗਰਸ ਬੁਲਾ ਰਹੇ ਆ, ਮਾਂਗੜ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਚਰਨਜੀਤ ਸਿੰਘ ਬਰਾੜ, ਸ਼੍ਰੋਮਣੀ ਅਕਾਲੀ ਦਲ ਬੁਲਾ ਰਹੇ ਆ, ਬਰਾੜ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਜਗਤਾਰ ਸਿੰਘ ਸੰਘੇੜਾ, ਆਮ ਆਦਮੀ ਪਾਰਟੀ ਦੇ ਬੁਲਾ ਰਹੇ ਆ, ਸੰਘੇੜਾ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾਂ ਸਵਾਲ ਚਰਨਜੀਤ ਸਿੰਘ ਬਰਾੜ ਤੁਹਾਨੂੰ ਵੀ ਬਣਦਾ। ਚਰਨਜੀਤ ਸਿੰਘ ਬਰਾੜ, ਤੁਹਾਡੀ ਕੇਂਦਰ ਵਿੱਚ ਸਰਕਾਰ ਆ, ਭਾਈਵਾਲ ਹੋ ਤੁਸੀਂ, ਉਮੀਦਵਾਰ ਐਲਾਨ ਵਿੱਚ ਭਾਈਵਾਲ ਦੋਨੋਂ ਹੀ ਪਛੜ ਗਏ, ਕੀ ਗੱਲ ਹੋਊਗੀ? ਦੇਖੋ, ਭਾਰਤੀ ਜਨਤਾ ਪਾਰਟੀ ਦਾ ਤਾਂ ਭਾਰਤੀ ਜਨਤਾ ਪਾਰਟੀ ਵੱਲੋਂ ਜਵਾਬ ਮਿਲ ਸਕਦਾ ਹੈ, ਪਰ ਸਾਡੀ ਪਾਰਟੀ ਦਾ ਲਗਭਗ ਸਾਰਾ ਕੁਛ ਤੈਅ ਹੈ। ਤਾਂ ਮੇਰਾ ਖਿਆਲ ਹੈ ਕਿ ਤੁਹਾਨੂੰ ਇੱਕ ਅੱਧੇ ਦਿਨ ਦੇ ਵਿੱਚ ਹੀ ਖਬਰ ਮਿਲੂਗੀ ਕਿ ਫਲਾਣੇ ਟਾਈਮ 'ਤੇ ਫਲਾਣੇ ਥਾਂ 'ਤੇ ਫਲਾਣਾ। ਦੋ ਸੀਟਾਂ ਦਾ ਪੇਜ ਘੁੰਮ ਸਾ, ਕਾਰਨ ਪਤਾ ਕੀ ਹੈ ਲਬਰਾੜ ਸਾਹਿਬ? ਕਾਰਨ ਇਹ ਹੈਗਾ, ਜਿਹਦੀ ਸਰਕਾਰ ਹੋਵੇ, ਕੇਂਦਰ ਵਿੱਚ ਸਰਕਾਰ ਹੋਵੇ, ਉਹਨੂੰ ਤਾਂ ਪਤਾ ਹੁੰਦਾ ਮੈਂ ਕਿਹੜੇ ਏਜੰਡੇ 'ਤੇ ਇਲੈਕਸ਼ਨ ਲੜਨੀ ਹੈ, ਕਿ ਤੁਸੀਂ ਕਾਂਗਰਸ ਦਾ ਏਜੰਡਾ ਫੋਲੋ ਕਰਦੇ ਪਏ ਹੋ। ਨਹੀਂ, ਕੋਈ ਕਾਂਗਰਸ ਦਾ ਏਜੰਡਾ ਨਹੀਂ ਹੈ, ਪਰ ਇਲਾਕੇ ਦੇ ਲੋਕਾਂ ਨੂੰ ਪਤਾ, ਸਾਰੇ ਪੰਜਾਬ ਦੇ ਲੋਕਾਂ ਨੂੰ ਪਤਾ। ਤੁਸੀਂ ਵੀ ਜਿਹੜੀ ਪੈਨੀ ਅੱਖ ਸਾਰੇ ਪਾਰਟੀਆਂ ਤੇ ਰੱਖਦੇ ਹੋ, ਸਾਰੇ ਪੰਜਾਬ ਤੇ ਰੱਖਦੇ ਹੋ, ਤੇ ਤੁਹਾਨੂੰ ਵੀ ਲਗਭਗ ਪਤਾ ਹੀ ਹੈ। ਡਿਕਲੇਅਰ ਕਰ ਦਿਓ ਸਰਵਿਸ ਬਾਦਲ ਤੇ ਹਰਸਿੰਘ ਬਾਦਲ ਜਾਂ ਸਰਵਿਸ ਬਾਦਲ ਜਾਂ ਕੋਈ ਹੋਰ। ਮੇਰਾ ਖਿਆਲ ਹੈ ਕਿ ਕੀ ਕਹਿੰਦੇ ਹੁੰਦੇ ਆ ਕਿ ਤੁਹਾਨੂੰ ਵੀ ਕੋਈ ਭੁਲੇਖਾ ਨਹੀਂ ਹੈ, ਸਾਰੀ ਪੰਜਾਬ ਦੀ ਜਨਤਾ। ਭੁਲੇਖਾ ਤੁਹਾਨੂੰ ਕਿਉਂ ਹੋਵੇ? ਰਹੀ ਤਾਂ ਮੈਂ ਪੁੱਛਦਾ ਪਿਆ, ਤੁਹਾਨੂੰ ਕਿਉਂ ਭੁਲੇਖਾ? ਸਾਨੂੰ ਕੋਈ ਭੁਲੇਖਾ ਨਹੀਂ ਹੈ, ਅਸੀਂ ਵੀ ਕਾਗਜ਼ ਪੱਤਰ ਸਭ ਤਿਆਰ ਕਰੀ ਬੈਠੇ ਹਾਂ। ਮਾਂਗੜ ਸਾਹਿਬ, ਹਾਂਜੀ ਸਰ, ਤੁਸੀਂ ਰੁੱਸਿਆਂ ਨੂੰ ਮਨਾਉਣ 'ਚ ਲੱਗੇ ਹੋਏ ਹੋ, ਤੁਹਾਨੂੰ ਹਮੇਸ਼ਾ ਬਾਗੀ ਟੱਕਰ ਦਿੰਦੇ ਆ, ਵਿਰੋਧੀ ਘੱਟ ਦਿੰਦੇ, ਬਾਕੀ ਜਾ ਟੱਕਰਨ ਦੇ ਆਪਦੇ। ਦੇਖੋ ਜੀ, ਰਿਸੈਂਟਮੈਂਟ ਹੁੰਦੀ ਹੈ ਹਰੇਕ ਪੋਲੀਟੀਕਲ ਪਾਰਟੀ ਦੇ ਵਿੱਚ, ਤੇ ਕਈ ਵਾਰ ਕਈ ਬੰਦਿਆਂ ਨੂੰ ਲੱਗਦਾ ਹੈ ਵੀ ਉਹਨਾਂ ਦਾ ਜ਼ਿਆਦਾ ਹੱਕ ਬਣਦਾ ਹੈ। ਤੁਸੀਂ ਕਿਹੜੇ ਤੁਹਾਡੇ ਤੋਂ ਬੋਲ ਰਹੇ ਹੋ? ਮੈਂ ਤਾਂ ਜੀ ਪਾਰਟੀ ਦਾ ਪੈਨਲਿਸਟ ਹੈ ਜੀ, ਮੈਂ ਤਾਂ ਪਾਰਟੀ ਦੀ ਗੱਲ ਕਰ ਰਿਹਾ ਜੀ। ਠੀਕ ਹੈ ਜੀ, ਰਿਸੈਂਟਮੈਂਟ ਹੁੰਦੀ ਹੈ ਤੇ ਹਰੇਕ ਪਾਰਟੀ ਦੇ ਵਿੱਚ ਹੁੰਦੀ ਹੈ, ਤੇ ਮੇਰੇ ਖਿਆਲ ਨਾਲ ਕੋਈ ਇਹਨੂੰ ਇੰਨਾ ਸੀਰੀਅਸਲੀ ਨਹੀਂ ਲੈਣਾ ਚਾਹੀਦਾ। ਜਿਵੇਂ KP ਸਾਹਿਬ ਦੀ ਸੀਗੀ, ਅੱਜ ਉਹਨਾਂ ਨੇ ਨੋਮੀਨੇਸ਼ਨ ਵੀ ਨਾਲ ਹੋ ਕੇ ਲਈ ਜਾਂਦੇ ਹੋ। ਮਹਿੰਦਰ KP ਦੇ ਘਰੇ ਕੋ ਚਲੇ ਗਏ, ਪਹਿਲਾਂ ਤੁਹਾਡੇ ਹੀ ਲੀਡਰ ਵਿੱਚੋਂ ਕਹਿ ਰਹੇ ਸੀ 10,000 ਵੋਟਾਂ ਦੀ ਮਾਰ ਨਹੀਂ ਮਹਿੰਦਰ ਸਿੰਘ KP, ਹੁਣ ਮਹਿੰਦਰ ਸਿੰਘ KP ਦੇ ਘਰੇ ਜਾ ਰਹੇ। ਦੇਖੋ ਜੀ, ਉਹਨਾਂ ਦਾ ਪਰਸਨਲ ਓਪੀਨੀਅਨ ਹੋ ਸਕਦਾ, ਤੇ ਸਾਡੀ ਪਾਰਟੀ ਦਾ ਵਿਸ਼ਵਾਸ ਹੈ ਕਿ ਸਾਰਿਆਂ ਨੂੰ, ਸਾਡੀ ਪਾਰਟੀ ਦੀ ਇਹ ਸੋਚ ਹੈ ਵੀ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ, ਤੇ ਇਸੇ ਕੜੀ ਦੇ ਵਿੱਚ ਅੱਜ KP ਸਾਹਿਬ ਉਹਨਾਂ ਦੇ ਨਾਲ ਜਾ ਕੇ ਨੋਮੀਨੇਸ਼ਨ ਫਾਈਲ ਕਰਿਆ ਹੈ, ਤਾਂ ਮੇਰੇ ਖਿਆਲ ਨਾਲ ਕੋਈ ਐਡਾ ਇਸ਼ੂ ਨਹੀਂ ਹੈਗਾ। ਠੀਕ ਹੈ, ਜਗਤਾਰ ਸਿੰਘੜਾ ਜੀ, ਇਸ਼ੂ ਹੈਗਾ ਪੰਜਾਬ 'ਚ ਕੋਈ ਕਿ ਮੁੱਦਾ ਹਿੰਸਾ? ਨਹੀਂ, ਇਸ਼ੂ ਸਾਰੇ ਇਸ਼ੂ ਹੀ ਨੇ। ਕਰਪਟ ਬੰਦਿਆਂ ਨੂੰ ਟਿਕਟਾਂ ਦਿੱਤੀਆਂ ਇਹਨਾਂ ਨੇ, ਤੇ ਜਿਹੜੇ ਸ਼ਰੀਫ ਬੰਦੇ ਸੀਗੇ ਉਹਨਾਂ ਨੂੰ ਖੁੰਝੇ ਲਾਤਾ। ਹੁਣ ਮਹਿੰਦਰ ਸਿੰਘ KP ਬੜੇ ਸ਼ਰੀਫ ਵਿਅਕਤੀ ਨੇ, ਉਹ ਤਾਂ ਪਹਿਲੀ ਗੱਲ ਤਾਂ ਥੋੜ੍ਹੀ ਛੋਟੀ ਮੋਟੀ ਗੱਲ 'ਤੇ ਬੋਲਣ ਵਾਲੇ ਹੈ ਹੀ ਨਹੀਂ ਹੈ, ਜੋ ਉਹਨਾਂ ਦਾ ਸੁਭਾਅ ਆ। ਅਤੇ ਹੁਣ ਜਦੋਂ ਪਹਿਲਾਂ ਰੰਧਾਵਾ ਸਾਹਿਬ ਗਏ, ਆਪਣਾ ਕੈਬਨਿਟ ਮਿਨਿਸਟਰ, ਫਿਰ ਹੋਰ ਸਾਰੇ ਲੋਕ ਜਾਂਦੇ ਰਹੇ, ਹੁਣ ਮੁੱਖ ਮੰਤਰੀ ਜਦੋਂ ਆਪ ਜਾ ਕੇ ਬੈਠ ਗਏ ਉੱਥੇ, ਅਤੇ ਉਹ ਸ਼ਰੀਫ ਆਦਮੀ ਸੀਗੇ, ਉਹ ਮੰਨ ਗਏ ਆ। ਹੋਰ ਕੋਈ ਕੀ ਗੱਲ ਹੈ? ਜਿਹਨਾਂ ਦੇ ਸਟਿੰਗ ਆਪਰੇਸ਼ਨ ਹੋਏ ਆ ਕਰਪਸ਼ਨ ਦੇ, ਉਹਨਾਂ ਨੂੰ ਟਿਕਟ ਦੇ ਦਿੱਤੀ ਆ। ਤੁਹਾਡਾ ਫਤਿਹਗੜ੍ਹ ਸਾਹਿਬ ਤੋਂ ਕੈਂਡੀਡੇਟ ਸ਼ਰੀਫ ਸੀ, ਹੁਣ ਜਿਹੜੇ ਲਾਏ ਉਹ ਸ਼ਰੀਫ? ਦੋਨੇ ਦੋਨੇ ਸੀ, ਕੋਈ ਬਦਲ ਦਿੱਤੇ? ਫਿਰ ਅਸੀਂ ਬਦਲਤੇ, ਕਿਉਂਕਿ ਵਿਨੇਬਿਲਟੀ ਦੀ ਗੱਲ ਸੀਗੀ, ਹਾਂਜੀ, ਅਤੇ ਉਹ ਇੱਧਰੋਂ ਇਲੈਕਸ਼ਨ ਲੜਨਾ ਚਾਹੁੰਦੇ ਸੀਗੇ। ਇਹਨਾਂ ਨੇ ਦਲਿਤ ਸਮਾਜ ਦੇ ਲੋਕਾਂ ਨੂੰ ਕਾਂਗਰਸ ਪਾਰਟੀ ਨੇ ਪਿੱਛੇ ਸੁੱਟ ਤਾਇਆ, 34% ਪਾਪੂਲੇਸ਼ਨ ਹੈ, ਅਤੇ ਇਹਨਾਂ ਨੇ ਬਿਲਕੁਲ ਉਹੀ ਕੰਮ ਕਰਨ ਲੱਗ ਗਿਆ ਜਿਹੜੇ ਸ਼੍ਰੋਮਣੀ ਅਕਾਲੀ ਦਲ ਭਾਜਪਾ ਗੱਠਜੋੜ ਵਾਲੇ ਕਰਦੇ ਸੀਗੇ। ਇੱਕ ਰੁਪਈਆ ਇਹਨਾਂ ਨੇ ਕਰਜ਼ਾ ਨਹੀਂ ਮਾਫ਼ ਕੀਤਾ ਦਲਿਤਾਂ ਦਾ, 50,000 ਤੱਕ ਦੇ ਪ੍ਰੋਮਿਸ ਕੀਤਾ ਸੀ, ਇੱਕ ਰੁਪਏ ਦਾ ਕਿਸੇ ਨੂੰ ਫਾਇਦਾ ਨਹੀਂ ਦਿੱਤਾ।
पूरा एक महीना बाकी हैगा, इस एक महीने के विचाले पंजाब की तस्वीर तुहानू की कहती है? के पी जी देखो कितनी हैरानी वाली गल है, कैप्टन साहब की सरकार 78 इन्हां दे MLA पूरी मजोरिटी पंजाब च तूती चलदी इन्हां दी, पर कैंडीडेट लभन लग्या किन्नी वड्डी समस्या खड़ी हुई और बड़ी मुश्किल नाल कल जिहड़े बठिंडे तो ते फिरोजपुर तो कैंडीडेट दिते आ, लगदा यह भी राहुल गांधी जी ते कैप्टन साहब पता नहीं किन्ना वड्डा कोई बंदे इत्थे लिया रहे ने, पर उन्होंने आने नाल सुधारण जी गल आई भी ठीक आ गए दो कैंडिडेट। इस तरह श्रोमणी अकाली दल इन्हां दी रवायती सीट है बठिंडा और अकाली दल के कहण मुताबक बठिंडे नूं इन्हां ने स्वर्ग बनाता, कभी सड़कां दी गल कभी कोई गल, और उत्थों कैंडीडेट अनाउंस कर लग्या इन्ना वड्डा डर पै, जिथों तक आम आदमी पार्टी है PDA उन्होंने तो कैंडिडेट अनाउंस कर दिते। सो ये सारी गल तो इंज लगता के पी जी भी हुक्मरान कांग्रेस नू जिहदी उहदी कारगुजारी है उन्नू लगता डर लगता भी लोग उन्हां दे उम्मीदवारां नाल की व्यवहार करनगे। मैं इस सवाल नू तरलोसन जी आपां वड्डा कर लईए, दोनों ही रवायती पार्टियां नू जां दोनों ही जिहड़े गठजोड़ है किया उन्होंने आपकी कारगुजारी जो डर लग रहा है? मैं उत्थे ही आ रहा हाँ। दूसरे पासे अकाली दल BJP की 10 साल की सरकार लोगों में भारी कुड़त्तन, भावें विधानसभा की इलैक्शन लोगों ने गुस्सा काढ लिया, पर अकाली दल अगे आ के बेदबी कांड गोली कांड उन्हां च उलझा पिया। सो ये दोनों रवायती वड्डियां पार्टियां जिहड़ियां ने इन्हां दी लीडरशिप भी दुबदा च है, तो दूसरे पासे KP जिहड़ी सब तो वड्डी निराशता वाली गल है, पंजाबी भी दुबदा च ने, पंजाब दे लोक भी जिहड़े ने उन्हां नूं समझ नहीं आ रही भी वोट किन्नू पाइए ते किन्नू ना पाइए। नहीं दुबदा तो सब तो वड्डी है, जो प्रोग्राम का नाम है रखिया की कहिंदी है आवाजे पंजाब, सारे कहिंदे जमीन बराड़ ते प्रोग्राम है। नहीं मैं दसदा आवाजे पंजाब बड़ी इस वेले उचाट है, उदास है, भंबल भूसे च है। मैं एक एग्जाम्पल दिना, जे पंजाब दे लोक जां इक धिर महसूस करदी है भी देश दा प्रधानमंत्री राहुल गांधी बनना चाहुंदा, जदों वो वोट पाउणगे कैप्टन दे कैंडीडेटां दे ते फिर उन्हां दी उंगल रुकूगी भी कैप्टन सरकार दी कारगुजारी ते अहीं स्टैंप ला रहे हैं, उन्हां दा सुपना जिहड़ा पूरा नहीं होगा। ते जे लोक महसूस करदे ने पंजाब दे भी मोदी साहब दोबारा प्रधानमंत्री आना चाहते ने आने चाहिए ने, तो फिर जदों अकाली दल की BJP की पिछले 10 साल की कारगुजारी प्लस आ जिहड़ा बेदबी कांड है जां होर जिहड़े इशू सामने है तो फिर भी उन्हां दी उंगल रुक सकती है। सो मैं महसूस करदा पंजाब दे लोक उचाट उदास और भंबल भूसे च ने, शायद इस बार फिर पंजाब दे लोक ये चाहते सी भी कोई तीसरी धिर आवे, पर तीसरी धिर भी नहीं आ सकी। एक होर छोटा ब्रेक लवेंगे, एक छोटा ब्रेक लवेंगे, ब्रेक तो वापस आवेंगे आ रहा चंदी ब्राट वापस आवेंगे। सवाल भी पूछा जाएगा अकालिया थे कांग्रेस जिहड़ा दोस्ताना मैच के इल्जाम लगते हैं क्या उन्होंने इल्जामों के करके पंजाबी कन्फ्यूज तो नहीं है, पंजाबी भंबल भूसे तो नहीं है कि क्योंकि बठिंडा तो फिरोजपुर सीटों की जो अनाउंसमेंट नहीं होंगी उ उम्मीदवार जो ऐलाने नहीं जाते हैं तो सवाल ही उठना शुरू हो जाता कि अकाली दल तो कांग्रेस एक दूजे का इंतजार क्यों करते पे। ब्रेक तो वापस आकर सवाल यही होगा कि कहती है आवाज़ पंजाब। सवाल एक पूछ रहे हैं वाला सवाल असं यह पूछ रहे हैं 2019 दी लोकसभा चोणां लई पंजाब की आवाम से सियासी धिरां कितनियां तैयार है? जगतार सिंह गेड़ा तुसीं वार वार इल्जाम लाने हो कांग्रेस ते अकाली रले हुए है, अजे भी रले हुए है? थोनू बठिंडा ते फिरोजपुर दे कैंडीडेट सारे अनाउंस हो रहे हो, थोनू पता लग जाएगा। वैसे तो स्थिति साफ हो ही गई है कितने वड्डे वड्डे आगुआं दी गल चल रही सी। अमरिंदर सिंह राजा वड़िंग अच्छे लीडर नहीं वड्डे नहीं है, लीडर ठीक है, यंग है मुंडा, वधिया है, बट उस हिसाब नाल नहीं हैगे, उस कैलीबर दे नहीं हैगे, मैच फिक्सिंग लई सूट करदे आ। देखो भाया साहब भी सूट करदे आ, देखो ये तो हुण तो वक्त दसूगा ना, टाइम दसूगा। ये इल्जाम बड़े तुसीं गंभीर ला रहे हो उस लड़ा साहब, भी मैच फिक्सिंग लई सूट करदे। अमरिंदर सिंह राजा वड़िंग मैच फिक्सिंग लई किवें सूट करदे? देखो बठिंडा दी गल चंजी बड़ा क्लीयर हो गई आ, आ रहा मंगर साहब दस्याणी दी जवाब दित्ता नहीं, एक जवाब तो ले लंदो करता दित्ता हुण ते बठिंडा दी क्लीयर हो गई है, सीट दे गए सानू होर की चाहिए? नहीं ओ कैंडीडेट मेरा मतलब इन्हां दी जजमेंट है, इन्हां दी अपनी इन्हां ने कोशिश करनी है ना, बिकॉज़ ओ सिर धड़ दी बाजी है। पंजाबीआं ने 19 महीने वोट पाई है, फैसला दी पहले सिना दा अदरवाइज बलजिंदर कौर जी भरा तुहाडे ते इल्जाम ही लगदे आ, तुसीं मैच फिक्स कर दिओ। मैं ना सारीआं गल्लां दा जवाब देना चाहूंगा, मैं सब तो पहली गल
ਸਰ ਤਰਲੋਚਨ ਸਿੰਘ ਜੀ ਨੇ ਇੱਕ ਗੱਲ ਕਹੀ ਕਿ 10 ਸਾਲਾਂ ਦੀ ਕਾਰਜਕਾਰੀ। ਪਹਿਲਾਂ ਤਾਂ ਮੈਂ ਵਾਰ ਵਾਰ ਡਿਬੇਟਾਂ 'ਤੇ ਇਹ ਗੱਲ ਕਹਿੰਦਾ ਰਿਹਾ, ਜਿਵੇਂ ਇਹ ਵੀ ਸੀਨੀਅਰ ਜਰਨਲਿਸਟ ਨੇ, ਮੈਂ ਤੁਹਾਨੂੰ ਵੀ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰੂੰਗਾ ਕਿ 10 ਸਾਲ ਨਹੀਂ, 5 ਸਾਲਾਂ ਬਾਅਦ ਲੋਕਾਂ ਨੇ ਚੁਣ ਕੇ ਦੁਬਾਰਾ ਮੌਕਾ ਦਿੱਤਾ ਸੀ। ਜੇ ਮੰਨ ਲਓ ਐਡੀ ਮਾੜੀ ਕਾਰਜਕਾਰੀ ਹੁੰਦੀ ਤਾਂ 5 ਸਾਲਾਂ ਬਾਅਦ ਅਗਲੇ ਬਾਅਦ ਨਾ ਦਿੰਦੇ। ਇੱਕ ਦੂਜੀ ਗੱਲ, ਉਸ ਵੇਲੇ ਕੀ ਹਾਲਾਤ ਬਣੇ, ਕੀ ਨਾ ਹਾਲਾਤ ਬਣੇ, ਜਿਹੜੀ ਦੂਜੀ ਗੱਲ ਇਹਨਾਂ ਨੇ ਨਾਲ ਜੋੜੀ ਕਿ ਬੇਅਦਬੀਆਂ ਕਰਕੇ ਸ਼ਾਇਦ ਡਰਿਆ ਹੋਇਆ। ਮੈਂ ਇੱਕ ਬੇਨਤੀ ਕਰਦਿਆਂ, ਮੰਦਭਾਗਾ ਸੀ ਉਹ, ਬਹੁਤ ਮੰਦਭਾਗਾ ਸੀ, ਅੱਜ ਵੀ 92 ਹੋ ਗਈਆਂ ਇਸ ਸਰਕਾਰ ਦੇ ਦੌਰਾਨ, ਇਹ ਵੀ ਬਹੁਤ ਮੰਦਭਾਗਾ। ਇਸ ਕਰਕੇ ਅਸੀਂ ਇਸ ਪਾਸੇ ਮੈਂ ਜਾਣਾ ਨਹੀਂ ਚਾਹੁੰਦਾ। ਕਾਂਗਰਸ ਦੇ ਮੇਰੇ ਵੀਰ ਨੇ ਕਿਹਾ ਕਿ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ, ਠੀਕ ਹੈ, ਲੀਡਰਾਂ ਨੂੰ ਮੁੱਖ ਮੰਤਰੀ ਸਾਹਿਬ 2 ਸਾਲਾਂ ਬਾਅਦ ਪਹਿਲੀ ਵਾਰੀ ਮਿਲਣਗੇ, ਅਗਲਿਆਂ ਨੂੰ ਵੀ ਚਾਹ ਹੁੰਦਾ ਵੀ ਮੁੱਖ ਮੰਤਰੀ ਸਾਹਿਬ ਘਰੇ ਹੀ ਚੱਲ ਕੇ ਆ ਗਏ, ਪਹਿਲਾਂ ਤਾਂ ਉੱਥੇ ਗਿਆ ਨੂੰ ਨਹੀਂ ਸੀ ਮਿਲਦੇ, ਚੱਲ ਮੰਨ ਜਾਣਗੇ, ਪਰ ਸਾਰਿਆਂ ਨੂੰ ਨਾਲ ਲੈ ਕੇ ਤਾਂ ਚੱਲਣਗੇ ਨਾ ਕਿ 4500 ਪਿੰਡਾਂ ਦੇ ਵਿੱਚ ਘੱਟ ਤੋਂ ਘੱਟ ਇਹਨਾਂ ਨੇ ਸਰਪੰਚੀਆਂ ਧੱਕੇ ਨਾਲ ਥੋਪੇ ਸੀ ਸਰਪੰਚ। ਅੱਜ ਉਹ ਜਿਹੜਾ ਗੁੱਸਾ ਸਭ ਤੋਂ ਵੱਡਾ ਪੰਜਾਬ ਦੀ ਸਿਆਸਤ ਦੇ ਵਿੱਚ ਉਹ ਨਿਕਲਣਾ, ਜਿਹੜਾ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ, ਮਿਊਂਸਪੈਲਟੀਆਂ ਕਾਰਪੋਰੇਸ਼ਨਾਂ ਉਹ ਛੱਡ ਦਿਓ, 4500 ਪਿੰਡਾਂ ਦੀ ਗੱਲ ਕੀਤੀ ਹੈ ਮੈਂ, 40% ਜਿਹੜੇ ਆਟਾ ਅਤੇ ਦਾਲ ਦੇ ਕਾਰਡ ਪੈਨਸ਼ਨਾਂ ਜਿਹੜੀਆਂ ਇਹਨਾਂ ਨੇ ਕੱਟੀਆਂ, ਉਹਨਾਂ ਦਾ ਗੁੱਸਾ ਵੇਖੀ ਚੱਲਿਓ ਨਿਕਲਦਾ, ਕਿੰਨੇ ਕੁ ਲੋਕ ਨਾਲ ਲੈ ਕੇ ਚੱਲਣਗੇ। ਸ਼ਗਨ ਸਕੀਮ ਸਾਰੇ ਪੰਜਾਬ 'ਚ ਦਿੱਤੀ ਨਹੀਂ, 2 ਥਾਂ 'ਤੇ ਦਿੱਤੀ, ਇੱਕ ਗੁਰਦਾਸਪੁਰ ਬਾਈ ਇਲੈਕਸ਼ਨ ਵੇਲੇ, ਇੱਕ ਸ਼ਾਹਕੋਟ। 90,000 ਕਰੋੜ ਕਰਜ਼ਾ ਮਾਫੀ ਦੀ ਗੱਲ ਸੀ, ਉਹ ਵੀ ਸਾਰਿਆਂ ਦੇ ਸਾਹਮਣੇ ਹੈ। ਸਭ ਤੋਂ ਵੱਡੀ ਗੱਲ ਜਿਹੜੀ ਸੰਘੇੜਾ ਸਾਹਿਬ ਨੇ ਕੀਤੀ, 502 ਕਰੋੜ ਰੁਪਇਆ, ਗਰੀਬਾਂ ਦਾ ਸਿਰਫ 502 ਕਰੋੜ ਹੀ ਸੀ, ਉਹ ਵੀ ਜਿਹੜਾ ਹੈਗਾ ਮਾਫ ਨਹੀਂ ਕਰ ਸਕਦੇ। ਭਾਈ ਵਾਲਾ ਜ਼ਿਕਰ ਹੀ ਨਹੀਂ ਕਰਦੇ ਕਿ ਨੌਕਰੀਆਂ, ਰੁਜ਼ਗਾਰ, ਉਹਦਾ ਕੋਈ ਜ਼ਿਕਰ ਹੀ ਨਹੀਂ ਕਰਦੇ ਤੁਸੀਂ। ਤੁਸੀਂ ਇਹਨਾਂ ਦੀਆਂ ਕਮੀਆਂ ਪੇਸ਼ੀਆਂ ਕਰਾਏ, ਇਹ ਲੋਕ ਸਭਾ ਚੋਣਾਂ ਬਰਾੜ ਸਾਹਿਬ, ਵਿਧਾਨ ਸਭਾ ਨਹੀਂ ਹੈਗੀਆਂ। ਬੇਨਤੀ ਸੁਣ ਲਓ, ਬੇਨਤੀ ਸੁਣ ਲਓ, ਕੋਈ ਨਹੀਂ, ਮੈਂ ਉਹ ਵੀ ਜਵਾਬ ਦੇ ਦਿੰਦਾ। ਤੀਜੀ ਗੱਲ, ਇੱਕ ਮੇਰੇ ਵੀਰ ਸੰਘੇੜਾ ਸਾਹਿਬ ਨੇ ਕਹੀ ਕਿ ਰਲੇ ਹੋਏ ਆ, ਬੜਾ ਕੁਛ ਕਰਦੇ ਆ। ਅੱਜ ਨਾ ਇੱਕ ਕਾਰਟੂਨ ਸੀਗਾ, ਭੈੜੀ ਤਾਂ ਲੱਗੇ ਨਾ ਗੱਲ, ਮਾਫ਼ੀ ਮੰਗ ਲੈਣਾ ਮੈਂ ਸੰਘੇੜਾ ਸਾਹਿਬ, ਉਹ ਰਾਹੁਲ ਗਾਂਧੀ ਸਾਹਿਬ ਜਾ ਰਹੇ ਆ ਅਤੇ ਕੇਜਰੀਵਾਲ ਸਾਹਿਬ ਦੀ ਉਹਦੇ ਲੱਤ ਨੂੰ ਹੱਥ ਪਾਏ ਦੀ ਇੱਕ ਫੋਟੋ ਦਿਖਾਈ ਹੈ। ਹੁਣ ਰਲਿਆ ਕੌਣ ਹੈਗਾ ਜਾਂ ਕਿਹਦੇ ਨਾਲ ਰਲ ਨੂੰ ਫਿਰਦਾ, ਸਾਨੂੰ ਤਾਂ ਨਾ ਰਲਾਓ ਯਾਰ, ਐਂ ਨਾ ਕਰੋ ਕਿਰਪਾ ਕਰਕੇ। ਇਹ ਤਾਂ ਸਾਰੀ ਬਿੱਲੀ ਥੱਲਿਓਂ ਬਾਹਰ ਹੈਗੀ ਹੈ। ਅਸੀਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਤੇਰੀਆਂ ਦੀਆਂ 13 ਸੀਟਾਂ 'ਤੇ ਕਾਂਗਰਸ ਪਾਰਟੀ ਨੂੰ ਸ਼ਿਕਾਇਤ ਦੇਵਾਂਗੇ ਅਤੇ ਬਾਕੀ ਪਾਰਟੀਆਂ ਜਿਹੜੀਆਂ ਉਹ ਕਿਤੇ ਮੇਰੇ ਖਿਆਲ ਨਾਂ ਨਿਸ਼ਾਨ ਨਹੀਂ। ਗੁਰਮਨੀ ਸਿੰਘ ਮੰਗੜ, ਇਹੀ ਜਵਾਬ ਤੁਹਾਡੇ ਤੋਂ ਚਾਹੀਦਾ, ਤੁਸੀਂ ਰਲੇ ਹੋਏ ਹੋ। ਦੇਖੋ ਜੀ, ਆਮ ਆਦਮੀ ਪਾਰਟੀ ਦੀ ਬੜੀ ਅਸੰਪਸ਼ਨਸ ਰਹਿੰਦੀਆਂ ਆ, ਐਲੀਗੇਸ਼ਨ ਲਾ ਕੇ ਬਾਅਦ 'ਚ ਯੂਟਰਨ ਲੈ ਲੈਂਦੇ ਆ। ਸੋ ਇਹਨਾਂ ਦੀ ਇਹੋ ਜਿਹੀ ਐਲੀਗੇਸ਼ਨ ਨੂੰ ਲੋਕ ਵੀ ਸੀਰੀਅਸਲੀ ਨਹੀਂ ਲੈਂਦੇ। ਬਾਕੀ ਰਹੀ ਇਸ ਐਲੀਗੇਸ਼ਨ ਤੋਂ ਹਜੇ ਤੱਕ ਰਾਮਾ ਦੀ ਵੱਡੀ ਯੂਟਰਨ ਨਹੀਂ ਲਿਆ ਵੈਸੇ। ਨਹੀਂ, ਲੈ ਲੈਣਗੇ ਜੀ, ਹਲੇ ਇਹ ਨਾ ਦੇਖੋ ਜਿੱਦਣ ਆਪਦਾ ਸਮਝੌਤਾ ਹੋ ਜਾਂਦਾ ਤਾਂ ਲੈ ਲੈਂਦੇ। ਹਾਂਜੀ, ਜੇ ਜੇ ਦਿੱਲੀ ਦੇ ਵਿੱਚ ਸਮਝੌਤਾ ਹੁੰਦਾ ਤੇ ਮੇਰੇ ਖਿਆਲ ਨਾਲ ਸੰਘੇੜਾ ਸਾਹਿਬ ਨੇ ਕੋਈ ਗੱਲ ਹੀ ਨਹੀਂ ਕਰਨੀ ਸੀਗੀ। ਖੈਰ, ਉਹ ਅੱਡ ਗੱਲ ਹੈ ਜੀ। ਹੁਣ ਆਪਾਂ ਗੱਲ ਕਰ ਰਹੇ ਹਾਂ ਪੰਜਾਬ ਦੀ, ਤੇ ਬਰਾੜ ਸਾਹਿਬ ਨੂੰ ਮੈਂ ਇਹ ਦੱਸਣਾ ਚਾਹ ਰਿਹਾ ਕਿ ਠੀਕ ਹੈ, ਸਾਨੂੰ ਤੁਸੀਂ ਕਹਿੰਦੇ ਵੀ ਜੀ ਆਏ ਹੋ ਗਿਆ, ਫਲਾਨਾ ਹੋ ਗਿਆ, ਪਰ ਗੱਲ ਮੁੱਦੇ ਦੀ ਇਹ ਹੈ ਵੀ ਤੁਸੀਂ ਸਾਡੇ ਤੋਂ ਤਾਂ 2 ਸਾਲਾਂ ਦਾ ਰਿਕਾਰਡ ਮੰਗ ਲਿਆ ਅਤੇ ਅਸੀਂ ਲੋਕਾਂ ਦੇ ਵਿੱਚ ਲੈ ਕੇ ਵੀ ਆਏ। ਤੁਸੀਂ ਇਹ ਵੀ ਦੱਸ ਦਿਓ ਵੀ 5 ਸਾਲ ਜਿਹੜੀ ਸਰਕਾਰ ਹੈ ਤੁਹਾਡੀ ਭਾਈਵਾਲ ਦੀ ਤਾਂ ਤੁਹਾਡੀ ਸਰਕਾਰ ਹੀ ਹੈ ਸੈਂਟਰ ਦੇ ਵਿੱਚ, ਤੁਸੀਂ ਆਪਦੀਆਂ ਵੀ ਕੁਛ ਕਾਰਗੁਜ਼ਾਰੀਆਂ ਦੱਸ ਦਿਓ। ਅਸੀਂ ਤਾਂ ਦੱਸ ਦਿੰਦੇ ਹਾਂ, ਤੁਸੀਂ ਕਿਹਾ ਜੀ ਕੋਈ ਸਕੀਮ ਨਹੀਂ ਮਿਲੀ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਵੀ ਤੁਹਾਡੀ ਸਰਕਾਰ ਦੇ ਵੇਲੇ 10 ਸਾਲਾਂ ਦੇ ਵਿੱਚ 5,07,051 ਲੋਕਾਂ ਨੂੰ ਬੈਨੀਫਿਸ਼ਰੀ ਸੀਗੇ ਆਸ਼ੀਰਵਾਦ ਸਕੀਮ ਦੇ 10 ਸਾਲਾਂ ਦੇ ਵਿੱਚ। ਸਾਡੀ ਸਰਕਾਰ ਦੇ ਵਿੱਚ ਉਹ 6 ਲੱਖ ਹੋ ਗਏ ਆ। ਸੋ ਬੇਸਿਕਲੀ ਜਿਹੜਾ ਕਿਸਾਨਾਂ ਦਾ ਵੇਵਰ ਹੈਗਾ ਜੀ, ਉਹ ਅਸੀਂ 9 ਲੱਖ ਦੇ ਕਰੀਬ ਕਿਸਾਨਾਂ ਨੂੰ ਉਹਦਾ ਕਰਜ਼ ਮਾਫੀ ਕਰ ਚੁੱਕੇ ਹਾਂ। ਔਰ ਇਸੇ ਤਰ੍ਹਾਂ ਸਾਡੀ ਸਰਕਾਰ ਹਰੇਕ ਪੋਸੀਬਲ ਕਦਮ ਚੱਕ ਰਹੀ ਹੈ ਕਿ ਪੰਜਾਬ ਦੇ ਲੋਕਾਂ ਦੇ ਤੁਸੀਂ ਆਪਸ ਹੀ ਕਨਫਿਊਜ਼ ਹੋ, ਵਿਧਾਨ ਸਭਾ ਚੋਣਾਂ ਲੜਦੇ ਹੋ ਕਿ ਲੋਕ ਸਭਾ ਚੋਣਾਂ ਲੜਦੇ? ਇਹਨਾਂ ਦੇ ਮੈਂ ਬਿਲਕੁਲ ਲੋਕ ਸਭਾ ਦੀ ਮੈਂ ਉਹ ਸਵਾਲ ਇਹਨਾਂ ਨੂੰ ਪਹਿਲਾਂ ਹੀ ਕਹਿ ਚੁੱਕਿਆ ਵੀ ਹੁਣ ਆਪਾਂ ਗੱਲ ਕਰੀਏ, ਜਵਾਬ ਤੁਸੀਂ ਦੇਣਾ ਵੀ ਤੁਸੀਂ ਗੱਲ ਕਹੀ ਸੀ। ਇੱਕ ਮਿੰਟ ਪਲੀਜ਼, ਆ ਰਿਹਾ ਮੈਂ। ਤਲੋ ਸਿੰਘ, ਤੁਸੀਂ ਇਹ ਗੱਲ ਕਹੀ ਸੀਗੀ ਵੀ ਭੰਬਲ ਭੁੱਸੇ 'ਚ ਪਾਇਆ ਹੋਇਆ, ਭੰਬਲ ਭੁੱਸੇ 'ਚ ਕੌਣ ਹੈ? ਸਿਆਸੀ ਪਾਰਟੀਆਂ, ਲੋਕ, ਕੌਣ ਹੈ ਭੰਬਲ ਭੁੱਸੇ 'ਚ? ਸਾਰੇ ਜਿਹੜਾ ਇਸ ਵਾਰ ਦਾ ਚੋਣ ਮੇਲਾ ਨਾ, ਲੋਕ ਸਭਾ ਚੋਣਾਂ ਦਾ, ਉਹਦੇ 'ਚ ਮੇਲੀ ਤਾਂ ਹੈਗੇ ਵੋਟਰ, ਵੋਟਰ ਵੀ ਭੰਬਲ ਭੂਸੇ 'ਚ ਨੇ, ਔਰ ਪੋਲੀਟੀਕਲ ਪਾਰਟੀਆਂ ਤਾਂ ਹੈ ਹੀ ਨਹੀਂ, ਉਹ ਤਾਂ ਸੀਟਾਂ ਦੀ ਵੰਡ ਤੋਂ ਕਲੀਅਰ ਹੋ ਗਿਆ ਵੀ ਕਾਂਗਰਸ ਅਤੇ ਅਕਾਲੀ ਦਲ BJP ਖਾਸ ਕਰਕੇ ਇਹ 3 ਪਾਰਟੀਆਂ ਜਿਹੜੀਆਂ ਨੇ, ਨੋਮੀਨੇਸ਼ਨ ਅੱਜ ਤੋਂ ਸ਼ੁਰੂ ਹੋ ਗਈਆਂ ਔਰ ਕੈਂਡੀਡੇਟ BJP, ਅਕਾਲੀ ਦਲ, ਕਾਂਗਰਸ ਇਹਨਾਂ ਦੇ ਕਾਂਗਰਸ ਦੇ ਅਤੇ ਆ ਗਏ, ਇਹਨਾਂ ਦੇ ਹਾਲੇ ਆਏ ਨੀਗੇ। ਪਹਿਲੀ ਗੱਲ ਤਾਂ ਹੈ। ਦੂਸਰੀ ਗੱਲ ਭੰਬਲ ਭੂਸਾ, ਮੈਂ KP ਜੀ ਇਹੀ ਕਹਿਣਾ ਚਾਹੁੰਦਾ, ਜਿਹੜੀ ਤੁਸੀਂ ਗੱਲ ਕਹਿੰਦੇ ਨੇ, ਬਿਲਕੁਲ ਪਾਰਲੀਮੈਂਟ ਦੀ ਇਲੈਕਸ਼ਨ ਹੈ। ਲੋਕ ਯਾਦ ਕਰ ਰਹੇ ਨੇ ਵੀ ਮੋਦੀ ਸਾਹਿਬ ਨੇ 2014 'ਚ ਕਿਹਾ ਸੀ ਹਰੇਕ ਸਾਲ 2 ਕਰੋੜ ਨੌਕਰੀਆਂ, 5 ਸਾਲਾਂ 'ਚ 10 ਕਰੋੜ ਨੌਕਰੀਆਂ, ਪਰ ਅੰਕੜੇ ਉਲਟ ਦੱਸ ਰਹੇ ਨੇ ਇਸ ਸਮੇਂ 'ਚ 1,10,00,000 ਨੌਕਰੀਆਂ ਘੱਟ ਗਈਆਂ। ਇਹ ਮੁੱਦੇ ਤਾਂ ਹੈਗੇ ਨੇ, ਬੜੇ ਵੱਡੇ ਮੁੱਦੇ ਨੇ, ਸਵਾਮੀਨਾਥਨ ਰਿਪੋਰਟ ਦੀ ਗੱਲ ਹੈ, ਹੋਰ ਬੜੇ ਮੁੱਦੇ ਨੇ, ਪਰ ਸਮੱਸਿਆ ਇਹ ਹੈ ਵੀ ਪੰਜਾਬ ਦੇ ਇੰਨੇ ਮੁੱਦੇ ਨੇ,
ਜਿਵੇਂ 2014 ਦੀ ਇਲੈਕਸ਼ਨ ਆਪਾਂ ਲੈ ਲਈਏ ਮੋਦੀ ਵੇਵ ਸੀ ਬੀਜੇਪੀ ਦੀ ਵੇਵ ਸੀ ਪਰ ਪੰਜਾਬ 'ਚ ਰਿਜ਼ਲਟ ਹੀ ਹੋ ਰਹੇ ਸੀ ਸੋ ਕੇ ਪੀ ਜੀ ਪੰਜਾਬ 'ਚ ਘਰ ਘਰ ਬੇਰੁਜ਼ਗਾਰੀ ਘਰ ਘਰ ਡਰੱਗ ਘਰ ਘਰ ਖੁਦਕਸ਼ੀਆਂ ਘਰ ਘਰ ਕਰਜ਼ੇ 'ਚ ਡੁੱਬੇ ਕਿਸਾਨ ਸੋ ਇਹ ਜਿਹੜੇ ਸਾਰੇ ਮੁੱਦੇ ਨੇ ਇਹ ਹੀ ਭਾਰੂ ਰਹਿਣੇ ਨੇ ਔਰ ਦੂਸਰੀ ਗੱਲ ਸਭ ਤੋਂ ਵੱਡੀ ਗੱਲ ਜਿਹੜਾ ਪੜ੍ਹਿਆ ਲਿਖਿਆ ਨੌਜਵਾਨ ਹੈ ਉਹਦੇ 'ਤੇ ਇੱਕ ਤਰ੍ਹਾਂ ਫੁੱਲ ਸਟੋਪ ਲਾ ਦਿੱਤਾ ਵੀ ਤੈਨੂੰ ਸਰਕਾਰੀ ਨੌਕਰੀ ਤਾਂ ਮਿਲਣੀ ਨਹੀਂ ਜੇ ਮਿਲੂਗੀ ਤਾਂ ਠੇਕੇ 'ਤੇ ਮਿਲੂਗੀ 10,000 ਰੁਪਏ 'ਤੇ ਤੈਨੂੰ ਨੌਕਰੀ ਦੇਵਾਂਗੇ ਜੇ ਰੈਗੂਲਰ ਮਿਲੇਗੀ ਤਾਂ ਤੈਨੂੰ 3 ਸਾਲ ਮੁੱਢਲੀ ਤਨਖਾਹ 'ਤੇ ਕੰਮ ਕਰਨਾ ਪਵੇਗਾ ਸੋ ਬਹੁਤ ਵੱਡੇ ਮੁੱਦੇ ਪੰਜਾਬ ਦੇ ਲੋਕਾਂ ਦੇ ਨੇ ਸੋ ਪੰਜਾਬ ਦੇ ਲੋਕਾਂ ਨੇ ਜੋ ਮੈਂ ਮਹਿਸੂਸ ਕਰਦਾ ਇਹ 'ਚ ਕੋਈ ਸ਼ੱਕ ਨਹੀਂ ਵੀ ਇੱਕ ਵਰਗ ਇੱਦਾਂ ਦਾ ਹੋਊਗਾ ਉਹ ਕੁਛ ਪਰਸੈਂਟੇਜ ਹੋਊਗੀ ਜਿਹੜਾ ਦਿੱਲੀ ਦੀਆਂ ਪਾਲਸੀਆਂ ਕੇਂਦਰ ਸਰਕਾਰ ਦੀਆਂ ਨੀਤੀਆਂ ਔਰ ਨੈਸ਼ਨਲ ਇੰਟਰਸਟ ਨੂੰ ਦੇਖ ਕੇ ਵੋਟ ਪਾਊਗਾ ਪਰ ਵਿਚਾਰੇ ਪੰਜਾਬ ਦੇ ਲੋਕ ਬਹੁਤ ਵੱਡੀ ਗਿਣਤੀ 'ਚ ਇੱਦਾਂ ਦੇ ਨੇ ਜਿਨ੍ਹਾਂ ਦੇ ਮੂੰਹ 'ਚ ਰੋਟੀ ਪਾਉਣ ਦਾ ਵਸੀਲਾ ਨਹੀਂ ਗਾ ਜਿਹੜੇ ਇਹ ਕਰਜ਼ੇ ਨਾਲ ਤੜਫ ਰਹੇ ਨੇ ਔਰ ਇੱਕ ਸਭ ਤੋਂ ਵੱਡੀ ਖਤਰਨਾਕ ਜਿਹੜੀ ਗੱਲ ਇਹ ਆ ਗਈ ਹੈ ਵੀ ਜਿਹੜੇ ਸਰਦੇ ਪੁੱਜਦੇ ਵੀ ਹੈ ਉਹ ਆਪਣੇ ਬੱਚਿਆਂ ਨੂੰ ਆਪਣੀ ਮਾਂ ਧਰਤੀ 'ਤੇ ਵੀ ਸੁਰੱਖਿਅਤ ਨਹੀਂ ਮਹਿਸੂਸ ਕਰਦੇ ਉਹ ਕਹਿੰਦੇ ਵੀ ਜੇ ਬੱਚਾ ਇੱਥੇ ਰਿਹਾ ਇਹਨੂੰ ਕੋਈ ਗੈਂਗਸਟਰ ਮਾਰ ਦੂਗਾ ਜੇ ਬੱਚਾ ਇੱਥੇ ਆਇਆ ਤਾਂ ਇਹ ਐਕਸੀਡੈਂਟ 'ਚ ਮਰ ਜੂਗਾ ਜੇ ਬੱਚਾ ਮੇਰਾ ਇੱਥੇ ਰਿਹਾ ਤਾਂ ਉਹ ਡਰੱਗ ਦੇ ਰਾਹ ਪੈ ਜੂਗਾ ਸੋ ਉਹਨਾਂ ਨੂੰ ਚੱਕ ਚੱਕ ਕੇ ਕਨੇਡਾ ਅਮੈਰੀਕਾ ਅਤੇ ਹੋਰ ਦੇਸ਼ਾਂ 'ਚ ਭੇਜੀ ਜਾਂਦੇ ਆ ਔਰ ਪੰਜਾਬ ਦਾ ਜਿਹੜਾ ਸਰਮਾਇਆ ਉਹ ਬੈਗਾਂ 'ਚ ਪਾ ਕੇ ਵਿਦੇਸ਼ਾਂ 'ਚ ਜਾ ਰਿਹਾ ਪੰਜਾਬ ਦਾ ਪ੍ਰੋਡਕਟ ਜਿਹੜਾ ਸਟੂਡੈਂਟ ਹੈ ਆਪਣਾ ਨੌਜਵਾਨ ਹੈ ਉਹ ਵਿਦੇਸ਼ਾਂ 'ਚ ਜਾ ਰਿਹਾ ਔਰ ਬਹੁਤ ਵੱਡਾ ਖਲਾ ਹੈ ਸੋ ਮੈਨੂੰ ਲੱਗਦਾ ਵੀ ਇਸ ਵਾਰ ਇਲੈਕਸ਼ਨ 'ਚ ਲੋਕ ਜਿਹੜੇ ਨੇ ਪੰਜਾਬ ਦੀਆਂ ਸਮੱਸਿਆਵਾਂ ਨੂੰ ਦੇਖ ਕੇ ਵੋਟ ਪਾਉਣਗੇ ਔਰ ਖਾਸ ਕਰਕੇ ਪੰਜਾਬ ਦੇ ਲੋਕ ਰਵਾਇਤੀ ਪਾਰਟੀਆਂ ਤੋਂ ਦੁਖੀ ਨਹੀਂ ਗਏ ਆਮ ਆਦਮੀ ਪਾਰਟੀ ਤੋਂ ਬੜੇ ਪਰੇਸ਼ਾਨ ਨੇ PDA ਤੋਂ ਬੜੇ ਪਰੇਸ਼ਾਨ ਨੇ ਟਕਸਾਲੀ ਦਲ ਤੋਂ ਬੜੇ ਪਰੇਸ਼ਾਨ ਨੇ ਆ ਜਿਹੜੀਆਂ ਖੱਬੀਆਂ ਧਿਰਾਂ ਇਹਨਾਂ ਤੋਂ ਪਰੇਸ਼ਾਨ ਨੇ ਕਿਉਂਕਿ ਇਹ ਰੌਲਾ ਇਹ ਪਾਉਂਦੇ ਰਹੇ ਵੀ ਜਦੋਂ ਚੋਣਾਂ ਆਈਆਂ ਅਤੇ ਸਾਂਝਾ ਫਰੰਟ ਬਣਾ ਕੇ ਰਵਾਇਤੀ ਪਾਰਟੀਆਂ ਨੂੰ ਸਬਕ ਸਿਖਾਵਾਂਗੇ ਪਰ ਜਦੋਂ ਚੋਣਾਂ ਆਈਆਂ ਤਾਂ ਆਪ ਹੀ ਟਿਕਟਾਂ 'ਚ ਵੰਡੇਗੇ ਸੋ ਇਸ ਕਰਕੇ ਪੰਜਾਬ ਦੇ ਵਿੱਚ ਇਹ ਸਾਰੀਆਂ ਸਿਆਸੀ ਧਿਰਾਂ ਨੇ ਪੰਜਾਬ ਦੇ ਲੋਕਾਂ ਦੇ ਸੁਪਨਿਆਂ ਨੂੰ ਉਹ ਮੌਕਾ ਨਹੀਂ ਦਿੱਤਾ ਜਾਂ ਪੰਜਾਬ ਦੇ ਲੋਕਾਂ ਦੇ ਅੱਗੇ ਇੱਕ ਹੋਰ ਧੋਖਾ ਦਿੱਤਾ ਨਹੀਂ ਨਹੀਂ ਇਹ ਮੈਂ ਇਹਨੂੰ ਧੋਖਾ ਵੀ ਕਹਿ ਸਕਦੇ ਹਾਂ ਸਿੱਧੇ ਰੂਪ 'ਚ ਕਿਉਂਕਿ PDA ਟਕਸਾਲੀ ਜਿਹਨਾਂ ਤੁਸੀਂ ਜ਼ਿਕਰ ਕਰ ਰਹੇ ਹੋ ਆਮ ਆਦਮੀ ਪਾਰਟੀ ਇਹ ਕਹਿ ਰਹੇ ਸੀ ਅਸੀਂ ਤੀਜਾ ਬਦਲ ਲੈ ਕੇ ਆਵਾਂਗੇ ਤੀਜੇ ਤੋਂ ਚੌਥਾ ਫਰੰਟ ਆ ਗਿਆ ਚੌਥੇ ਤੋਂ ਪੰਜਵਾਂ ਬਣ ਲੱਗ ਪਿਆ ਹੁਣ ਪਤਾ ਹੀ ਨਹੀਂ ਫਰੰਟ ਹੈ ਕਿ ਮੈਂ ਕਹਿੰਦਾ ਆਮ ਆਦਮੀ ਪਾਰਟੀ ਦੀ ਗੱਲ ਕਰ ਲਈਏ ਦੁਫਾੜ ਨਹੀਂ ਹੋਈ ਇਹਦੇ 6 ਹਿੱਸੇ ਹੋ ਗਏ ਆ ਇੱਕ KP ਭਗਵੰਤ ਮਾਨ ਦੀ ਅਗਵਾਈ 'ਚ ਖਹਿਰਾ ਸਾਹਿਬ ਦੀ ਅਗਵਾਈ 'ਚ ਖਹਿਰਾ ਸਾਹਿਬ ਖੁਦ ਅਤੇ ਮਾਸਟਰ ਬਲਦੇਵ ਸਿੰਘ ਜਿਹੜੇ ਦੋਨੇ ਲੋਕ ਸਭਾ ਦੀ ਇਲੈਕਸ਼ਨ ਲੜ ਰਹੇ ਨੇ ਜਦੋਂ ਖਹਿਰਾ ਸਾਹਿਬ ਨੇ ਪੰਜਾਬ ਏਕਤਾ ਪਾਰਟੀ ਬਣਾਈ ਅਤੇ 5 ਜਿਹੜੇ ਇਹਨਾਂ ਦੇ ਨਾਲ ਬਾਗੀ ਕੈਂਡੀਡੇਟ ਸੀ ਨਾਜਰ ਸਿੰਘ ਮਨਸਾਈਆ ਕਵਰ ਸੰਧੂ ਪਿਰਮਲ ਖਾਲਸਾ ਜਗਦੇਵ ਕਮਾਲੂ ਅਤੇ ਇੱਕ ਜਗਤਾਰ ਜੱਗਾ ਉਹਨਾਂ ਨੇ ਵੱਖਰਾ ਧੜਾ ਬਣਾ ਲਿਆ ਫੁਲਕਾ ਸਾਹਿਬ ਵੱਖਰੇ ਢੰਗ ਨਾਲ ਚੱਲ ਰਹੇ ਨੇ ਆਪਣਾ ਹਰਿੰਦਰ ਖਾਲਸਾ ਜੀ BJP 'ਚ ਸ਼ਾਮਿਲ ਹੋ ਗਏ ਨੇ ਅਤੇ ਇਸੇ ਤਰ੍ਹਾਂ ਹੀ ਇੱਕ ਹੋਰ ਮੈਂ ਭੁੱਲ ਗਿਆ ਉਹ ਵੱਖਰੇ ਗਾਂਧੀ ਸਾਹਿਬ ਡਾਕਟਰ ਗਾਂਧੀ ਜਿਹੜੇ ਨੇ ਇਹ ਨਵਾਂ ਪੰਜਾਬ ਪਾਰਟੀ ਬਣਾ ਕੇ ਲੜ ਰਹੇ ਨੇ ਇਹ PDA ਹੋ ਗਈ ਇਸੇ ਤਰ੍ਹਾਂ ਟਕਸਾਲੀ ਅਕਾਲੀ ਦਲ ਜਿਹੜਾ ਕਹਿੰਦਾ ਸੀ ਅਸੀਂ ਇੱਕ ਨਵਾਂ ਰਾਹ ਦਿਖਾਵਾਂਗੇ ਉਹ ਵੀ ਉਲਝ ਗਏ ਨੇ ਵੱਖਰੀ ਚੋਣ ਲੜ ਰਹੇ ਨੇ ਤੇ CPIM ਵੱਖਰੀ ਚੋਣ ਲੜ ਰਹੇ ਰਾਜ ਬ੍ਰੇਕਾਂ ਹੀ ਆ ਸਾਰੇ ਕਿਤੇ ਮੈਂ ਚਲੋ ਇੱਕ ਬ੍ਰੇਕ ਲੈ ਲਵਾਂ ਛੋਟਾ ਜਿਹਾ ਇਹ ਛੋਟਾ ਬ੍ਰੇਕ ਲਵਾਂਗੇ ਬ੍ਰੇਕ ਤੋਂ ਵਾਪਸ ਆਵਾਂਗੇ ਕੀ ਕਹਿੰਦੀ ਆਵਾਜ਼ ਏ ਪੰਜਾਬ ਅਸੀਂ ਸਵਾਲ ਇੱਕੋ ਪੁੱਛ ਰਹੇ ਹਾਂ ਇਹ ਸਵਾਲ ਦੇ ਨਾਲ ਨਾਲ ਇਹ ਸਵਾਲ ਜ਼ਰੂਰ ਪੁੱਛਿਆ ਜਾਣਾ ਚਾਹੀਦਾ ਹੈਗਾ ਕਿ ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਸੀਟਾਂ ਬਦਲੀਆਂ ਜਾ ਰਹੀਆਂ ਕਿ ਕੈਂਡੀਡੇਟ ਨਹੀਂ ਮਿਲੇ ਜਾਂ ਉਹਨਾਂ ਕੈਂਡੀਡੇਟਸ 'ਤੇ ਵਿਸ਼ਵਾਸ ਨਹੀਂ ਹੈਗਾ ਜਾਂ ਜਗ੍ਹਾ ਬਦਲਣ ਦੇ ਨਾਲ ਕਿ ਪੰਜਾਬ ਦੇ ਲੋਕ ਹੈ ਜਿਹੜੇ ਉਸ ਪੈਰਾਸ਼ੂਟ ਉਮੀਦਵਾਰ ਨੂੰ ਕਬੂਲ ਕਰ ਲੈਣਗੇ ਸਵਾਲ ਇਹ ਬੜਾ ਮਹੱਤਵਪੂਰਨ ਹੈ ਬ੍ਰੇਕ ਤੋਂ ਵਾਪਸ ਆ ਕੇ ਪੁੱਛਣਾ ਜ਼ਰੂਰ ਹੈ ਸਵਾਲ ਇੱਕੋ ਪੁੱਛ ਰਹੇ ਹਾਂ ਵੱਡਾ ਸਵਾਲ ਅਸੀਂ ਇਹ ਪੁੱਛ ਰਹੇ ਹਾਂ 2019 ਦੀਆਂ ਲੋਕ ਸਭਾ ਚੋਣਾਂ ਲਈ ਪੰਜਾਬ ਦੀ ਆਵਾਮ ਅਤੇ ਸਿਆਸੀ ਧਿਰਾਂ ਕਿੰਨੀਆਂ ਤਿਆਰ ਹੈ ਸੰਗੜਾ ਸਾਹਿਬ ਤੁਸੀਂ ਤਾਂ ਇਹਨਾਂ 'ਤੇ ਕਹੀ ਜਾਂਦੇ ਦੋਸਤਾਨਾ ਮੈਚ ਤੁਸੀਂ ਤਾਂ ਆਪਦੀ ਪਾਰਟੀ 'ਚ ਨਹੀਂ ਖੇਡ ਸਕੇ ਦੋਸਤਾਨਾ ਮੈਚ ਨਹੀਂ ਦੇਖੋ ਸਾਡੀ ਪਾਰਟੀ ਦਾ ਜੋ ਕੁਛ ਹੋਣਾ ਸੀ ਉਹ ਹੋ ਚੁੱਕਾ ਹੈ ਅੱਜ ਤੁਸੀਂ ਸਾਰੇ ਹੋ ਸਾਰੇ ਕੀ ਚੱਕਰ ਹੈ ਔਰ ਲੋਕਾਂ ਦੇ ਸਾਹਮਣੇ ਆ ਅਸੀਂ ਕਿਸੇ ਤੋਂ ਕੋਈ ਚੀਜ਼ ਲੁਕੋਇਆ ਨਹੀਂ ਨਾ ਕਦੀ ਕੋਈ ਝੂਠ ਬੋਲਿਆ ਹੈਗਾ ਲੋਕ ਹੀ ਨਹੀਂ ਸਕਦੇ ਅਸੀਂ ਸੁਖਪਾਲ ਸਿੰਘ ਖਹਿਰਾ ਜੀ ਨੂੰ ਲਿਆ ਸੀਗਾ ਪਾਰਟੀ ਦੇ ਵਿੱਚ ਉਹ ਕੁਛ ਗੱਲਾਂ ਜਾਂਦੀਆਂ ਅੱਗੇ ਦੇ ਅੱਗੇ ਉਹ ਦੁਬਾਰਾ ਰਿਪੀਟ ਕਰਨ ਦੀ ਲੋੜ ਨਹੀਂ ਹੈਗੀ ਅਤੇ ਉਸ ਤੋਂ ਬਾਅਦ ਸਾਡੇ ਅਸੀਂ ਹੁਣ ਆਪਣੇ ਇੰਟਰਨਲ ਸਰਵੇ ਕਰਵਾਏ ਆ ਕੀਤੇ ਆ ਸਾਡੇ ਵਰਕਰ ਦੁਆਰਾ ਵਲੰਟੀਅਰਸ ਸਾਰੇ ਪਿੰਡਾਂ 'ਚ ਜਾ ਰਹੇ ਆ ਲੋਕਾਂ ਘਰ ਡੋਰ ਟੂ ਡੋਰ ਜਾ ਰਹੇ ਆ ਸਾਡੇ ਇੰਟਰਨਲ ਸਰਵੇ ਦੱਸ ਰਹੇ ਆ ਅਸੀਂ ਡੇ ਬਾਈ ਡੇ ਸਟਰੈਂਥਨ ਹੋ ਰਹੇ ਖਹਿਰਾ ਸਾਹਿਬ ਤਾਂ ਨਹੀਂ ਦੋਸਤਾਂ ਨਾਲ ਮੈਚ ਖੇਡਣ ਚਲੇ ਗਏ ਬਠਿੰਡਾ
देखो बीबी हरसिमरत कौर बादल जिताउण लई गए उत्थे पहली वारी थोड़ी असीं कह रहे आं पहलां कह चुके आं असीं जिहड़ा कैंडीडेट दित्ता हुण भी अज मैं इत्थों इस मंच तों डिक्लेयर करदा आं बीबी बलजिंदर कौर ਬੜੇ ਮਾਰਜਨ ਨਾਲ ਵੱਡੇ ਮਾਰਜਨ ਨਾਲ ਜਿੱਤਣਗੇ ਉੱਥੋਂ ਇਹ ਇਹ ਕੋਈ ਇਦਾਂ ਤਾਂ ਨਹੀਂ ਹੈ ਵੀ ਜੇ ਇਹ ਇੰਨੇ ਤਰੀਕੇ ਨਾਲ ਤੁਸੀਂ ਕਹਿ ਰਹੇ ਹੋ ਖੈਰਾ ਸਾਹਿਬ ਉਹਨਾਂ ਨੂੰ ਜਿਤਾਉਣ ਗਏ ਆ ਹਰਸਿਮਰਤ ਕੌਰ ਬਾਦਲ ਨੂੰ ਦੂਜੇ ਪਾਸੇ ਦੇਖੋ ਉਹ ਹਾਰ ਮੰਨ ਲੈਣਗੇ ਬਾਕੀ ਪਾਰਟੀਆਂ ਜਿਹੜੀਆਂ ਐਡੀਆਂ ਵੱਡੀਆਂ ਪਾਰਟੀਆਂ ਉਹ ਹਾਰ ਮੰਨ ਲੈਣਗੀਆਂ ਅਸੀਂ ਆਪਣਾ ਆਪਣਾ ਜ਼ੋਰ ਲਾਉਣਾ ਸਾਰਿਆਂ ਨੇ ਡੈਮੋਕ੍ਰੇਸੀ ਹੈ ਮੈਂ ਤਾਂ ਆਪ ਕਹਿ ਰਿਹਾ ਇਹ 13 ਦੀ 13 ਲਈ ਬੈਠੇ ਆ 13 ਹੀ ਕਾਂਗਰਸ ਲਈ ਬੈਠੀ 13 ਦੂਣਾ 26 6 7 ਅਸੀਂ ਨਹੀਂ ਛੱਡਦੇ 26 7 33 ਹਾਂਜੀ 33 ਸੀਟਾਂ ਚਾਹੀਦੀਆਂ ਫਿਰ ਤਾਂ ਅਸੀਂ 6 7 ਲੈ ਕੇ ਬਾਕੀਆਂ ਤੇ ਫਾਈਟ ਦੇਣ ਦੀ ਗੱਲ ਕਰਦੇ ਆ ਅਸੀਂ ਵੀ 13 ਦੀਆਂ 13 ਛੱਡੀਆਂ ਨਹੀਂ ਤੁਸੀਂ ਪੀਡੀਓ ਨੂੰ ਕੁਝ ਦਿੱਤਾ ਹੀ ਨਹੀਂਗਾ ਨਾ ਨਾ ਪੀਡੀਓ ਨੂੰ ਕੁਝ ਨਹੀਂ ਮਿਲਣਾ ਹੈਗਾ ਪੀਡੀਓ ਨੂੰ ਨਹੀਂ ਕੁਝ ਵੀ ਮਿਲਣਾ ਇੱਕ ਤਾਂ ਸਾਰੇ ਅੱਜ ਭੇਕਵਾਣੀਆਂ ਕਰੀ ਜਾਂਦੇ ਪਤਾ ਨਹੀਂ ਲਾਈਟਰ ਮੋਡ 'ਚ ਬੈਠੇ ਸਾਰੇ ਆਪਣਾ ਆਪਣਾ ਜ਼ੋਰ ਲਾ ਰਹੇ ਆ ਸਾਡਾ ਕਸੂਰ ਕੋਈ ਨਹੀਂ ਹੈ ਪਰ ਕਈ ਗੱਲਾਂ 'ਚ ਅਸੀਂ ਨਹੀਂ ਸੰਭਾਲ ਸਕੇ ਆਪਣੇ ਆਪ ਨੂੰ ਉਹ ਮੰਨਣ 'ਚ ਕੋਈ ਹਰਜ ਨਹੀਂ ਹੈ ਸਰਦਾਰ ਤਰਲੋਚਨ ਸਿੰਘ ਹੋਣਾ ਨੇ ਜਿਹੜੀ ਗੱਲਾਂ ਕੀਤੀਆਂ ਬਹੁਤੀਆਂ ਗੱਲਾਂ ਜਿਹੜੀਆਂ ਕੀਤੀਆਂ ਉਹਨਾਂ ਦਾ ਜਵਾਬ ਹੀ ਕੋਈ ਨਹੀਂ ਕਿਸੇ ਕੋਲ ਵੀ ਨਹੀਂ ਇਹ ਵੀ ਇਮਾਨਦਾਰੀ ਆ ਤੁਸੀਂ ਐਡਮਿਟ ਕੀਤਾ ਇਸ ਚੀਜ਼ ਨੂੰ ਗੁਰਮਨੀ ਸਿੰਘ ਮਾਂਗੜ ਤੁਹਾਨੂੰ ਲੱਗਦਾ ਸੁਖਪਾਲ ਸਿੰਘ ਖਹਿਰਾ ਅਕਾਲੀ ਦਲ ਦੀ ਮਦਦ ਲਈ ਗਏ ਉੱਥੇ ਕਿਉਂ ਸਰਕਾਰ ਕੋਲ ਤਾਂ ਸਾਰੀ ਰਿਪੋਰਟ ਹੁੰਦੀ ਹੈ ਨਾ ਦੇਖੋ ਜੀ ਉਹਨਾਂ ਦਾ ਆਪਦਾ ਏਜੰਡਾ ਹੈ ਸਾਨੂੰ ਉਹਨਾਂ ਦੀ ਪੋਲਿਟਿਕਸ ਨਾਲ ਕੋਈ ਮਤਲਬ ਨਹੀਂ ਸਾਨੂੰ ਤਾਂ ਇਹ ਹੈ ਵੀ ਅਸੀਂ ਬਠਿੰਡਾ ਦੇ ਨਾਲ ਤਮਾਮ ਜਿਹੜੀਆਂ 12 ਸੀਟਾਂ ਨੇ ਬਠਿੰਡਾ ਦੇ ਨਾਲ ਮਤਲਬ 13 ਸੀਟਾਂ ਇਨ ਟੋਟਲ ਉਹਦੇ ਤੇ ਅਸੀਂ ਵਰਕ ਕਰਨਾ ਹੈ ਤੇ ਆਪਦੇ 13 ਦੇ 13 ਸੁਖਪਾਲ ਸਿੰਘ ਖਹਿਰਾ ਦੇ ਉੱਥੇ ਹੋਣ ਨਾਲ ਰਾਏ ਅਮਰਿੰਦਰ ਸਿੰਘ ਰਾਏ ਆਪਣੇ ਨੂੰ ਫਰਕ ਪਵੇਗਾ ਫਾਇਦਾ ਹੋਊਗਾ ਨੁਕਸਾਨ ਹੋਊਗਾ ਦੇਖੋ ਜੀ ਸੁਖਪਾਲ ਖਹਿਰਾ ਜੀ ਪਹਿਲਾਂ ਗਏ ਸੀਗੇ ਸਾਡੇ ਪਰਸੋਂ ਸ਼ਾਮ ਨੂੰ ਸੀਟ ਡਿਕਲੇਅਰ ਹੋਈ ਹੈ ਸੋ ਮੇਰੇ ਹਿਸਾਬ ਨਾਲ ਖਹਿਰਾ ਸਾਹਿਬ ਦਾ ਹਲੇ ਆਪਦਾ ਹੀ ਨਹੀਂ ਸਟੇਟਸ ਪਤਾ ਵੀ ਉਹ ਕਿੱਧਰ ਤੁਰੇ ਫਿਰਦੇ ਆ ਸੋ ਅਨਲੈਸ ਹੀ ਸਟੇਬਲ ਤੇ ਇੱਦਾਂ ਲੋਕ ਬੜੇ ਪੰਜਾਬ ਦੇ ਸਮਝਦਾਰ ਨੇ ਸਾਰਿਆਂ ਨੂੰ ਪਤਾ ਹੈ ਵੀ 5 ਸਾਲਾਂ ਬਾਅਦ ਇੱਕ ਮੌਕਾ ਮਿਲਣਾ ਹੈ ਤੇ ਆਪਦੀ ਵੋਟ ਨਹੀਂ ਖਰਾਬ ਕਰਨੀ ਔਰ ਸਹੀ ਕੈਂਡੀਡੇਟ ਨੂੰ ਵੋਟ ਪਾਉਣੀ ਹੈ ਜੀ ਚੰਜੇ ਬਰਾੜ ਤੁਸੀਂ ਵੀ ਕੁਝ ਪਾਰਟੀਆਂ ਇਹੋ ਜਿਹੀਆਂ ਦੇਖੀਆਂ ਹੈਗੀਆਂ ਪੰਜਾਬ ਦੇ ਵਿੱਚ ਕੁਝ ਦਾ ਹਿੱਸਾ ਵੀ ਤੁਸੀਂ ਰਹੇ ਹੈਗੇ ਹੋ ਇਹ ਜਿਹੜੀਆਂ ਪਾਰਟੀਆਂ ਬਣਦੀਆਂ ਲੋਕ ਸਭਾ ਚੋਣਾਂ ਦੇ ਨੇੜੇ ਉਹਨਾਂ ਦਾ ਜਿਹੜਾ ਕੋਈ ਡੈਂਟ ਪੈਂਦਾ ਰਵਾਇਤੀ ਪਾਰਟੀਆਂ ਨੂੰ ਜਿਵੇਂ PDA ਹੈ ਜਾਂ ਹੋਰ ਟਕਸਾਲੀ ਹੈ ਤੁਹਾਡੇ ਤੋਂ ਗਏ ਆ ਉਹ ਸੈਕਿੰਡ ਲਾਈਨ ਦੇ ਆਗੂ ਜਿਹਨੂੰ ਤੁਸੀਂ ਕਹਿੰਦੇ ਹੋ ਮੈਂ ਇਹਦੇ 'ਚ ਇੱਕ ਬੇਨਤੀ ਕਰਦੇ ਹਾਂ ਜੇ ਸਹੀ ਸਵਾਲ ਦਾ ਜਵਾਬ ਪੁੱਛਣਾ ਹੈ ਜਿਹੜੀ ਰੂਲਿੰਗ ਪਾਰਟੀ ਹੈ ਜਿੰਨੇ ਧੜੇ ਖੜੇ ਹੋਣਗੇ ਉਹਨਾਂ ਨੂੰ ਫਾਇਦਾ ਹੋ ਜਾਂਦਾ ਉਹਨਾਂ ਨੂੰ ਫਾਇਦਾ ਹੁੰਦਾ ਨਾ ਕਿ ਆਪੋਜੀਸ਼ਨ ਕਿਉਂਕਿ ਜਿੰਨੀ ਕੁ ਵੀ ਸਰਕਾਰ ਨਾਲ ਰੂਸੀ ਕੁਸੀ ਵੋਟ ਹੈ ਜੇ ਉਹ ਆਮੋ ਸਾਹਮਣੀ ਲੜਾਈ ਹੋਵੇ ਤਾਂ ਸਿੱਧੀ ਮਸਿੱਧੀ ਵਿਰੋਧੀ ਧਿਰ ਕੋਲੇ ਜਾਂਦੀ ਹੈ ਅਤੇ ਜੇ ਮੰਨ ਲਓ ਜਿਸ ਤਰ੍ਹਾਂ ਦੇ ਹੁਣ 5-6 ਦੁਕਾਨਾਂ ਖੁੱਲੀਆਂ ਪਈਆਂ ਉਹਦਾ ਨੁਕਸਾਨ ਸਿੱਧਮ ਸਿੱਧਾ ਸ਼੍ਰੋਮਣੀ ਅਕਾਲੀ ਦਲ ਨੂੰ ਹੋਣਾ ਔਰ ਫਾਇਦਾ ਜਿਹੜਾ ਹੈ ਉਹ ਕਾਂਗਰਸ ਦਾ ਹੋ ਰਿਹਾ ਇੱਕ ਗੱਲ ਮੈਂ ਨਾ ਜਿਹੜੇ ਅਸਲੀ ਮੁੱਦਿਆਂ 'ਤੇ ਆਉਣਾ KB ਜੀ ਮੈਂ ਤੁਹਾਨੂੰ ਬੇਨਤੀ ਕਰਦਿਆਂ ਕਿ ਇੱਕ ਤਾਂ ਮੋਦੀ ਸਾਹਿਬ ਨੇ ਕੀ ਕੀਤਾ ਮੈਂ 3-4 ਲਾਈਨਾਂ ਦੇ ਵਿੱਚ ਇੱਕ ਗੱਲ ਦੱਸਣੀ ਚਾਹੂੰਗਾ 1984 ਦੇ ਜਿਹੜੇ ਕੇਸਾਂ ਦੀ ਸਿੱਟ ਬਣਾ ਕੇ ਸਜਾਵਾਂ ਤੀਕਰ ਪਹੁੰਚਾਏ ਇਹ ਪਹਿਲਾ ਕੰਮ ਕੀਤਾ 1947 ਤੋਂ ਲਾ ਕੇ ਹੁਣ ਤੀਕਰ ਲੰਗਰਾਂ 'ਤੇ ਟੈਕਸ ਲੱਗਦਾ ਸੀ ਉਹ ਖਤਮ ਕੀਤਾ ਏਮਜ਼ ਵਰਗੇ ਜਿਹੜਾ ਹਸਪਤਾਲ ਅਤੇ ਹੋਰ ਕਈ ਚੀਜ਼ਾਂ 300-400 ਕਰੋੜ ਬਾਕੀ ਹਸਪਤਾਲਾਂ ਨੂੰ ਦਿੱਤਾ 4-6 ਲੇਨ ਦੀਆਂ 4500 ਕਰੋੜ ਰੁਪਈਆ 1500 ਕਰੋੜ ਫੂਡ ਪ੍ਰੋਸੈਸਿੰਗ ਦੇ ਵਿੱਚ ਸਭ ਤੋਂ ਵੱਡੀ ਗੱਲ KB ਜੀ ਜਿਹੜੀ ਕੀਤੀ ਜਿਹੜੇ ਸਾਡੇ ਕੋਈ ਜਰਨਲ ਵਰਗ ਦੇ ਲੋਕ ਨੇ ਜਿਨ੍ਹਾਂ ਦੇ ਕੋਲ ਜ਼ਮੀਨ ਨਹੀਂ ਹੈ ਕੋਈ ਚੰਗੇ ਦੁਕਾਨਦਾਰ ਨਹੀਂ ਹੈ 10% ਉਹਨਾਂ ਲਈ ਰਿਜ਼ਰਵੇਸ਼ਨ ਕੀਤੀ ਪੜ੍ਹਾਈ 'ਚ ਵੀ ਅਤੇ ਨੌਕਰੀਆਂ ਦੇ ਵਿੱਚ ਵੀ ਹਵਾਈ ਅੱਡੇ ਦਿੱਤੇ IIM ਦਿੱਤਾ NIT ਦਿੱਤਾ IIT ਦਿੱਤਾ ਸੈਂਟਰਲ ਯੂਨੀਵਰਸਿਟੀ ਦਿੱਤੀ ਅਤੇ ਸਵਾਮੀਨਾਥਨ ਦੀ ਰਿਪੋਰਟ ਦੀ ਗੱਲ ਤਰਲੋਚਨ ਸਿੰਘ ਜੀ ਨੇ ਕੀਤੀ ਹੈ ਕਿਸਾਨੀ ਦਾ ਮੁੱਦਾ ਬੜਾ ਨੇੜੇ ਆ ਸਾਡੇ ਭਾਵੇਂ ਪੂਰੀ ਤਰ੍ਹਾਂ ਜਿਸ ਫਾਰਮੂਲੇ ਦੇ ਤਹਿਤ ਅਸੀਂ ਮੰਗਦੇ ਹਾਂ ਨਹੀਂ ਲਾਗੂ ਹੋਈ ਪਰ ਫਿਰ ਵੀ ਇੱਕ ਵਾਰੀ 200 ਦਾ ਝੋਨੇ 'ਚ ਵਾਧਾ 1130 ਦਾ ਨਰਮੇ 'ਚ 1400 ਮੱਕੀ 'ਚ ਅਤੇ ਸਾਰੀਆਂ ਫਸਲਾਂ ਦੇ ਵਾਧੇ ਨਾਲ 5500 ਕਰੋੜ ਦਾ ਇੱਕ ਫਸਲ ਦਾ ਫਾਇਦਾ ਹੋਇਆ ਸੀ ਇੱਕ ਗੱਲ ਇੱਕ ਮੈਂ ਹੋਰ ਤੁਹਾਨੂੰ ਬੇਨਤੀ ਕਰਦਿਆਂ ਜਿਹੜੀ ਸਥਿਤੀ ਧਰਤੀ ਦੀ ਹੈਗੀ ਹੈ ਕਿ ਸਾਰੇ ਪੰਜਾਬ ਦੀ ਇੱਕ ਤੁਸੀਂ ਨਜ਼ਰ ਕਿਵੇਂ ਮਾਰੋਗੇ ਸ਼ਾਹਕੋਟ ਦਾ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਜਿਹੜਾ 3 ਨੰਬਰ 'ਤੇ ਆਇਆ ਸੀ ਉਹ ਆ ਗਿਆ ਜਲੰਧਰ ਦਾ 3 ਨੰਬਰ ਦਾ ਆਇਆ ਸੀ ਉਹ ਆ ਗਿਆ ਪਾਇਲ ਦਾ 2 ਨੰਬਰ ਦਾ ਆਇਆ ਸੀ ਉਹ ਸਾਡੇ 'ਚ ਆ ਗਿਆ ਲੁਧਿਆਣਾ ਤੋਂ ਬੈਂਸਾਂ ਦਾ 2 ਨੰਬਰ 'ਤੇ ਆਇਆ ਸੀ ਉਹ ਆ ਗਿਆ ਮੋਗੇ ਤੋਂ ਆਪ ਦਾ ਆਇਆ ਸੀ ਉਹ ਆ ਗਿਆ ਪਟਿਆਲੇ ਤੋਂ ਜਿਹੜਾ ਆਮ ਆਦਮੀ ਪਾਰਟੀ ਦਾ ਸੀ ਉਹ ਆ ਗਿਆ ਬੱਲੂਆਣੇ ਤੋਂ ਕਾਂਗਰਸ ਪਾਰਟੀ ਦਾ ਸੀ ਉਹ ਆ ਗਿਆ ਇਸੇ ਤਰ੍ਹਾਂ ਜੈਤੋ ਤੋਂ ਸੀ ਆ ਗਿਆ ਇਹ ਮੇਰੇ ਕੋਲ ਲਿਸਟ ਬਾਵਾ ਲੰਮੀ ਹੈ ਕਾਂਗਰਸ ਦਾ ਸਟਾਰ ਪ੍ਰਚਾਰਕ ਜਿਹੜੇ ਉਹ ਵੀ ਆ ਗਏ ਜਗਵੀਰ ਸਿੰਘ ਬਰਾੜ ਇੱਕ ਮਿੰਟ ਉਹ ਵੀ ਦੱਸ ਦਿਓ ਨਾ ਉਹ ਸਾਡੀ ਪਾਰਟੀ ਪਹਿਲਾਂ ਛੱਡ ਚੁੱਕੀ ਹੈ ਇੱਕ ਮਿੰਟ ਜੀ ਚਲੋ ਛੱਡ ਚੁੱਕੇ ਆ ਨਹੀਂ ਮੈਂ ਹੋਰ ਮੈਂ ਗੱਲ ਕਰਨੀ ਚਾਹੁੰਦਾ ਮੈਨੂੰ ਗੱਲ ਪੂਰੀ ਕਰਨ ਦਿਓ ਹਾਂਜੀ ਹਾਂਜੀ ਮੇਰੀ ਬੇਨਤੀ ਇਸ ਗੱਲ ਦੀ ਹੈਗੀ ਹੈ ਕਿ ਪੰਜਾਬ ਦੇ ਵਿੱਚ ਅੱਜ ਮੌਜੂਦਾ ਕਾਂਗਰਸ ਪਾਰਟੀ ਸਰਕਾਰ ਦੇ ਵਿੱਚ ਹੈਗੀ ਹੈ
चलो आम आदमी पार्टी की गल ना करिए आप अज पंजाब दे विचों भावें आम आदमी पार्टी चो कोई टुटदा भावें कांग्रेस चो टुटदा भावें कोई होर धड़े चो टुटदा सारे दे सारे किहदे च आ रहे हैं श्रोमणी अकाली दल दे विच अकाली दल टुट भज वाली पार्टी क्यों बंदी पई है जिहड़े टुटदे भज तुहाडे कोल आ रहे हैं तुसीं बेनती तां सुण लो ना जी मेरी बेनती सुण लो मैं उहदे ते वी आ जाणा तुहानूं दस दिंदा जदों सारे पंजाब दे विचों दशा धरती तों इह आ रही है कि जिहड़ा वी लोक समझ रहे कि नहीं श्रोमणी अकाली दल ठीक है इन्हां ने भंड प्रचार के वोटां कट्ठियां कर लईआं झूठे दस्तखत करके नौकरियां दे ਕਰਜ਼ਾ ਮਾਫੀ ਦੇ ਵੋਟਾਂ ਇਕੱਠੀਆਂ ਕਰ ਲਈਆਂ ਪਰ ਅੱਜ ਧਰਤੀ ਤੇ ਲੋਕ ਜਿਹੜੇ ਆ ਸਮਝ ਚੁੱਕੇ ਆ ਠੀਕ ਹੈ ਇੱਕ ਸਵਾਲ ਮੇਰਾ ਇੱਕ ਸਵਾਲ ਲੈ ਲਓ ਪਲੀਜ਼ ਤੁਸੀਂ ਕਿਹਾ ਸੀ ਚਾਰ ਲਾਈਨਾਂ 'ਚ ਮੈਂ ਦੱਸਦਾ ਤੁਸੀਂ ਕਿਹਾ ਸੀ ਮੈਂ ਚਾਰ ਲਾਈਨਾਂ 'ਚ ਦੱਸਦਾ ਤੁਹਾਡੇ ਕੋਲ ਇੰਨਾ ਕੁਝ ਦੱਸਿਆ ਤੁਸੀਂ ਲੰਗਰ ਦੀ ਗੱਲ ਕੀਤੀ ਆ ਹੋਰ ਤੁਸੀਂ ਜਰਨਲ ਵਰਗ ਦੀ ਗੱਲ ਕੀਤੀ ਆ ਮੇਰਾ ਸਵਾਲ ਹੈਗਾ ਚਾਰ ਲਾਈਨਾਂ 'ਚ ਦੱਸਣ ਵਾਲੇ ਬਰਾੜ ਸਾਹਿਬ ਚਾਰ ਉਮੀਦਵਾਰ ਤੁਹਾਡਾ ਗੱਠਜੋੜ ਕਿਉਂ ਨਹੀਂ ਦੇ ਸਕਿਆ ਦੇਖੋ ਜੀ ਇੱਕ ਲਾਈਨ ਮੇਰੀ ਵੀ ਲੈ ਲਓ ਨਾਲ ਜਵਾਬ ਦੇ ਇੰਨੀ ਦੇਰੀ ਇੰਨੀ ਦੇਰੀ ਕਿਉਂ ਹੈ ਮੇਰੀ ਇੱਕ ਬੇਨਤੀ ਕਰੋ ਮੈਂ ਤੁਹਾਨੂੰ ਪਹਿਲਾਂ ਕਹਿ ਚੁੱਕਿਆ ਸਾਡੇ ਕੈਂਡੀਡੇਟ ਡਿਕਲੇਅਰ ਆ ਸਭ ਨੂੰ ਪਤਾ ਇੱਕ ਮੈਂ ਲਾਸਟ ਜਿਹੜੀ ਬੇਨਤੀ ਕਰਨ ਲੱਗਿਆ ਸੀਗਾ ਕਿ ਜਿਹੜੀ ਵੋਟ ਆਮ ਆਦਮੀ ਪਾਰਟੀ ਕੋਲੇ ਗਈ ਸੀ ਨਾ ਉਹ 10% ਸਾਡੀ ਟੁੱਟੀ ਸੀ ਪਿਛਲੇ ਇਲੈਕਸ਼ਨ ਦੇ ਹਿਸਾਬ ਲਾਈਏ ਤਾਂ 7% ਕਾਂਗਰਸ ਦੀ ਟੁੱਟੀ ਸੀ 10% ਜੇ ਸਾਡੀ ਟੁੱਟੀ ਸੀ ਜੇ ਸਾਡਾ ਵਰਕਰ ਅੱਜ ਧਰਤੀ ਤੇ ਮੋੜਨ ਵਾਸਤੇ ਗਿਆ ਤਾਂ ਮੁੜ ਕੇ ਆ ਰਿਹਾ ਇਹ ਸਾਡੇ ਚੋਂ ਗਏ ਸੀ ਲੋਕ ਇਹਨਾਂ ਨੇ ਕਿਹੜਾ ਕੋਈ ਬਾਹਰੋਂ ਪੈਦਾ ਕੀਤੇ ਸੀਗੇ ਇਸ ਕਰਕੇ ਬੜੀ ਵੱਡੀ ਉਮੀਦ ਹੈਗੀ ਹੈ ਕਿ ਬਾਕੀ ਧੜੇ ਸਾਰੇ ਖਤਮ ਹੋਣਗੇ ਲੜਾਈ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਪਾਰਟੀ ਦੇ ਵਿੱਚ ਹੋਣੀ ਹੈ ਔਰ ਕਾਂਗਰਸ ਪਾਰਟੀ ਜਿਹੜੀ ਪਹਿਲੇ ਦਿਨ ਅੰਦਰ 13 ਜਿੱਤ ਕੇ ਬੈਠੇ ਸੀ ਅੱਜ ਧਰਤੀ ਤੇ ਜ਼ਮੀਨ ਖਿਸਕੀ ਪਈ ਹੈ ਹੁਣ ਤਾਂ ਪਟਿਆਲਾ ਸੀਟ ਵੀ ਖਿਸਕ ਚੁੱਕੀ ਹੈ ਰੱਬ ਤੋਂ ਡਰ ਕੇ ਕਹਿੰਦੇ ਕਿ ਜਦੋਂ ਰਿਜ਼ਲਟ ਆਊਗਾ ਉਦੋਂ ਤੁਸੀਂ ਵੇਖੋ ਪਟਿਆਲਾ ਕੀ ਡਾਕਟਰ ਗਾਂਧੀ ਕੋਲ ਜਾ ਰਹੀ ਹੈ ਨਹੀਂ ਅੱਛਾ ਮੁਕਾਬਲਾ ਸ਼੍ਰੋਮਣੀ ਅਕਾਲੀ ਦਲ ਤੇ ਡਾਕਟਰ ਗਾਂਧੀ ਚ ਵੀ ਮੈਡਮ ਪ੍ਰਨੀਤ ਕੌਰ ਵਾਕਈ ਤੀਜੇ ਨੰਬਰ ਤੇ ਜਾ ਰਹੀ ਹੈ ਔਰ ਹਰ ਹਾਲਤ ਦੇ ਵਿੱਚ ਜਿੱਤ ਲੋ ਸਿੰਘ ਜੀ ਇੱਕ ਨਵਾਂ ਤੋਂ ਬਿਲਕੁਲ ਸਪਾਦਾ ਨੇ ਪਟਿਆਲਾ ਸੀਟ ਇੱਕ ਮਿੰਟ ਪਲੀਜ਼ ਇੱਕ ਮਿੰਟ ਸੰਗੜਾ ਸਾਹਿਬ ਇੱਕ ਮਿੰਟ ਇੱਕ ਮਿੰਟ ਹੋ ਜਾਈ ਪੂਰਾ ਮੌਕਾ ਦੇ ਰਿਹਾ ਤੁਹਾਨੂੰ ਸਾਰਿਆਂ ਨੂੰ ਪੂਰਾ ਮੌਕਾ ਦੇ ਰਿਹਾ ਚਲੋ ਸਿੰਘ ਜੀ ਇੱਕ ਨਵਾਂ ਬੰਬਲ ਪੂਸਾ ਇਹਨਾਂ ਨੇ ਪਾਤਾ ਪਟਿਆਲਾ ਸੀਟ ਦਾ ਕਹਿੰਦੇ ਤੁਸੀਂ ਬਠਿੰਡਾ ਫਿਰੋਜ਼ਪੁਰ ਦੀ ਨਾ ਗੱਲ ਕਰੋ ਫਰੈਂਡਸ਼ਿਪ ਮੈਚ ਦੀ ਅਸੀਂ ਪਟਿਆਲੇ ਦੀ ਗੱਲ ਕਰਦੇ ਹਾਂ ਜੀ ਇੱਕ ਗੱਲ ਤੇ ਬਰਾੜ ਸਾਹਿਬ ਦੀ ਗੱਲ ਨੂੰ ਤਜਦੀਦ ਕੀਤੀ ਜਾ ਸਕਦੀ ਵੀ ਠੀਕ ਹੈ 10% ਵਾਲੀ ਨਹੀਂ ਨਹੀਂ ਮੈਂ ਉਹ ਮੁੱਦਿਆਂ 'ਤੇ ਨਹੀਂ ਆ ਰਿਹਾ ਮੈਂ ਜਿਹੜੀ ਮੈਂ ਸਿਆਸੀ ਜਿਹੜੇ ਜੋ ਸਿਸਟਮ ਬਣ ਰਿਹਾ ਰੁਝਾਨ ਬਣ ਰਿਹਾ ਆਮ ਆਦਮੀ ਪਾਰਟੀ ਕਾਗਜ਼ੀ ਤੌਰ 'ਤੇ ਮੁੱਖ ਵਿਰੋਧੀ ਧਿਰ ਆ ਜਿਹੜੇ ਲੋਕ ਟੁੱਟ ਕੇ ਜਾ ਰਹੇ ਨੇ ਕਾਂਗਰਸ ਕੋਲੋਂ ਜਾਂ ਹੋਰ ਪਾਰਟੀਆਂ ਦੇ ਉਹ ਚਾਹੀਦੇ ਹੀ ਜਾਣੇ ਆਮ ਆਦਮੀ ਪਾਰਟੀ ਕੋਲ ਪਰ ਸਮੇਤ ਆਮ ਆਦਮੀ ਪਾਰਟੀ ਬਹੁਤੀਆਂ ਪਾਰਟੀਆਂ ਦੇ ਲੀਡਰ ਜਿਹੜੇ ਨੇ ਉਹ ਅਕਾਲੀ ਦਲ 'ਚ ਜਾ ਰਹੇ ਨੇ ਇਹਦੇ 'ਚ ਕੋਈ ਸ਼ੱਕ ਨਹੀਂ ਗਾ ਵੀ ਅਕਾਲੀ ਦਲ ਭਾਵੇਂ ਬਹੁਤ ਵੱਡੇ ਕ੍ਰਾਈਸਿਸ 'ਚ ਹੈ ਇਸ ਵੇਲੇ ਸਿਆਸੀ ਤੌਰ 'ਤੇ ਪਰ ਇਹਨਾਂ ਦੇ ਪ੍ਰਧਾਨ ਨੇ ਯਤਨ ਕਰਕੇ ਇਹ ਲੜਾਈ ਜਿਹੜੀ ਆ ਬਹੁਤ ਕਲੀਅਰ ਰੂਪ 'ਚ ਅਕਾਲੀ ਦਲ ਬੀਜੇਪੀ ਅਤੇ ਕਾਂਗਰਸ 'ਚ ਬਣਾਤੀ ਆ ਮੈਂ ਦੂਜੀ ਗੱਲ ਜਿਹੜੀ ਕਹਿਣੀ ਚਾਹੁੰਦਾ ਦੁਬਧਾ ਦੀ ਗੱਲ ਦੱਸਣੀ ਚਾਹੁੰਦਾ ਤੁਸੀਂ ਦੇਖੋ ਤਿੰਨੇ ਪਾਰਟੀਆਂ ਅਕਾਲੀ ਦਲ ਬੀਜੇਪੀ ਕਾਂਗਰਸ ਇਹਨਾਂ ਦੀ ਕਿੰਨੀ ਪੋਜੀਸ਼ਨ ਮੈਂ ਤਾਂ ਕਹੂੰਗਾ ਪੇਤਲੀ ਹੈ ਇਹਨਾਂ ਨੂੰ ਕੈਂਡੀਡੇਟ ਨਹੀਂ ਲੱਭ ਰਹੇ ਆਨੰਦਪੁਰ ਸਾਹਿਬ ਤੋਂ ਲੱਭ ਲੱਭ ਕੇ ਕਾਂਗਰਸ ਨੇ ਮਨੀਸ਼ ਤਿਵਾੜੀ ਹੁਣਾਂ ਨੂੰ ਉੱਥੇ ਭੇਜਿਆ ਕਿ ਭਈ ਤੁਸੀਂ ਦੱਸੋ ਮਨੀਸ਼ ਤਿਵਾੜੀ ਦਾ ਕੀ ਉੱਥੇ ਭੇਜਣ ਦਾ ਕੀ ਕਾਰਨ ਹੈ ਹਰਦੀਪਪੁਰੀ ਦਾ ਵੀ ਜ਼ਿਕਰ ਕਰ ਲਓ ਮੈਂ ਆ ਰਿਹਾ ਅੱਗੇ ਕੀ ਆਨੰਦਪੁਰ ਸਾਹਿਬ 'ਚ ਕਾਂਗਰਸ ਕੋਲ ਇੱਕ ਵੀ ਇੱਦਾਂ ਦਾ ਕਾਂਗਰਸੀ ਨਹੀਂ ਸੀ ਜਿਹੜਾ ਕੈਂਡੀਡੇਟ ਬਣ ਸਕਦਾ ਮੈਂ ਤਾਂ ਕਹਿੰਦਾ ਵੀ ਆਨੰਦਪੁਰ ਸਾਹਿਬ ਸਾਰੇ ਹਲਕੇ ਦੇ ਕਾਂਗਰਸੀਆਂ ਦੇ ਮੂੰਹ 'ਤੇ ਚਪੇੜ ਮਾਰਤੀ ਵੀ ਤੁਸੀਂ ਤਾਂ ਯੋਗ ਹੀ ਨਹੀਂ ਲੜਨ ਦੇ ਅਕਾਲੀ ਦਲ 'ਤੇ ਆ ਜਾਓ ਅਟਾਰੀ ਤੋਂ ਉਹਨੇ ਸ਼ਾਇਦ ਗੁਲਜ਼ਾਰ ਸਿੰਘ ਰਣੀਕ ਹੈ ਐਕਸ ਮਿਨਿਸਟਰ ਨੇ ਉਹਨਾਂ ਨੂੰ ਫਰੀਦਕੋਟ ਭੇਜਤਾ ਅਕਾਲੀ ਦਲ ਕੋਲ ਫਰੀਦਕੋਟ 'ਚ MP ਦੀ ਇਲੈਕਸ਼ਨ ਲੜਨ ਦਾ ਕੋਈ ਯੋਗ ਉਮੀਦਵਾਰ ਸਭ ਤੋਂ ਵੱਡੀ ਗੱਲ ਹੈ ਫਰੀਦਕੋਟ ਉਹ ਸੀਟ ਹੈ ਜਿੱਥੋਂ ਅਕਾਲੀ ਦਲ ਖੜਾ ਹੁੰਦਾ ਸੀ ਆ ਜਾਓ ਅਕਾਲੀ ਦਲ ਦੀ ਰਵਾਇਤੀ ਸੀਟ ਉਹੀ ਸੀਗੀ ਹੁਣ ਆ ਜਾਓ ਤੁਸੀਂ ਭਾਰਤੀ ਜਨਤਾ ਪਾਰਟੀ ਜਿਹਦੇ ਸਾਰੇ ਗੱਲ ਕਰਦੇ ਨਰਿੰਦਰ ਮੋਦੀ ਦੁਨੀਆ ਦਾ ਬਹੁਤ ਵੱਡਾ ਲੀਡਰ ਬਣ ਗਿਆ ਅੰਮ੍ਰਿਤਸਰ ਦੇ ਭਾਜਪਾਈਆਂ ਦੇ ਥੱਪੜ ਮਾਰਿਆ ਮੈਂ ਤਾਂ ਕਹੂੰਗਾ ਹਰਦੀਪ ਸਿੰਘ ਪੁਰੀ ਨੂੰ ਉੱਥੇ ਕੈਂਡੀਡੇਟ ਖੜਾ ਕਰਕੇ ਕੈਂਡੀਡੇਟ ਹੀ ਕੋਈ ਨਹੀਂ ਇਹਨਾਂ ਕੋਲ ਸੋ ਮੈਂ ਸਮਝਦਾ ਇਹਨਾਂ ਤਿੰਨਾਂ ਪਾਰਟੀਆਂ ਦੀ ਹਾਲਤ ਜਿਹੜੀ ਸਿਆਸੀ ਤੌਰ 'ਤੇ ਇੰਨੀ ਮਾੜੀ ਆ ਵੀ ਇੱਧਰੋਂ ਚੱਕ ਕੇ ਹੁਣ ਗੁਰਦਾਸਪੁਰ ਫਿਲਮੀ ਕਲਾਕਾਰਾਂ ਦੇ ਨਾਂ ਆ ਰਹੇ ਆ ਇਹ ਸਿਆਸਤ ਆ ਕਿ ਫਿਲਮ ਦਿਖਾਉਣੀ ਗੁਰਦਾਸਪੁਰ ਦੇ ਲੋਕਾਂ ਨੂੰ ਸੋ ਮੈਂ ਸਮਝਦਾ ਵੀ ਇਹ ਸੰਬੰਧਿਤ ਹਲਕੇ ਦੇ ਵੋਟਰਾਂ ਨਾਲ ਮਜ਼ਾਕ ਕਰਨ ਵਾਲੀ ਗੱਲ ਹੁੰਦੀ ਜਦੋਂ ਤੁਹਾਡੇ ਸਵਾਲ ਦੇ ਵਿੱਚੋਂ ਇੱਕ ਮੈਨੂੰ ਬਹੁਤ ਵੱਡੀ ਚਿੰਤਾ ਸਤਾਨ ਲੱਗ ਪਈ ਹੈਗੀ ਹੈ ਪੰਜਾਬ ਦੇ ਵਿੱਚ ਕੀ ਨਵਾਂ ਲੀਡਰ ਤਿਆਰ ਨਹੀਂ ਹੋਵੇਗਾ ਇਹੀ ਤਾਂ ਕਾਰਨ ਹੈ ਵੀ ਉੱਪਰੋਂ ਚੋਣ ਕਰਨੀ ਹੈ ਭਾਵੇਂ ਫਰੀਦਕੋਟ ਹੈ ਭਾਵੇਂ ਅੰਮ੍ਰਿਤਸਰ ਹੈ ਭਾਵੇਂ ਗੁਰਦਾਸਪੁਰ ਹੈ
ਉੱਥੋਂ ਦੇ ਜਿਹੜੇ ਯੂਨਿਟ ਇਹਨਾਂ ਦੇ ਅਕਾਲੀ ਦਲ ਦੇ ਕਾਂਗਰਸ ਦੇ ਇਹ ਉਹ ਸੀਟਾਂ ਜਿਹੜੇ ਬਾਰਡਰ ਦੇ ਨਾਲ ਲੱਗਦੀਆਂ ਸਾਰੀਆਂ ਬੀਜੇਪੀ ਦੇ ਨੇ ਉਹਨਾਂ ਦੀ ਰਾਇ ਲੈ ਕੇ ਉਹਨਾਂ ਚੋਂ ਇੱਕ ਦੋ ਤਿੰਨ ਗਿਣ ਲਓ ਜਿਹੜਾ ਚੰਗਾ ਉਹਨੂੰ ਖੜਾ ਕਰ ਦੋ ਆਰੇ ਆਰੇ ਇੱਕ ਛੋਟਾ ਹੋਰ ਬ੍ਰੇਕ ਰੂੰਗਾ ਬ੍ਰੇਕ ਤੋਂ ਬਾਅਦ ਆਖਰੀ ਹਿੱਸੇ ਵਿੱਚ ਅਸੀਂ ਆਵਾਂਗੇ ਪੈਰਾਸ਼ੂਟ ਕੈਂਡੀਡੇਟ ਉਤਾਰੇ ਜਾ ਰਹੇ ਹੈਗੇ ਆ ਮੈਂ ਤਾਂ ਇਹ ਸੋਚ ਰਿਹਾ ਸੀਗਾ ਕਿ ਇਹ ਲੋਕਾਂ ਦੇ ਜਨਤਾ ਦੀਆਂ ਭਾਵਨਾਵਾਂ ਦੇ ਨਾਲ ਮਜ਼ਾਕ ਕੀਤਾ ਜਾ ਰਿਹਾ ਪਰ ਤਲੋਚ ਸਿੰਘ ਦੀ ਤਾਂ ਗੱਲ ਇੱਕ ਵੱਡੀ ਕਹਿ ਦਿੱਤੀ ਹੈ ਕਿ ਥੱਪੜ ਮਾਰਿਆ ਜਾ ਰਿਹਾ ਜੇ ਥੱਪੜ ਵੱਜਣ ਲੱਗ ਜਾਵੇ ਸਿਆਸਤ ਦੇ ਵਿੱਚ ਤਾਂ ਸਮਝ ਲਓ ਕਿ ਸਿਆਸਤ ਦਾ ਜਿਹੜਾ ਮਿਆਰ ਆ ਉਹ ਦਿਨੋਂ ਦਿਨ ਡਿੱਗਦਾ ਜਾ ਰਿਹਾ ਅਤੇ ਸਭ ਤੋਂ ਵੱਡੀ ਜਿਹੜੀ ਚਿੰਤਾ ਇਸ ਡਿਬੇਟ ਦੇ ਵਿੱਚ ਨਿਕਲ ਕੇ ਸਾਹਮਣੇ ਆ ਰਹੀ ਕਿ ਪੰਜਾਬ ਦੇ ਵਿੱਚ ਨਵੇਂ ਲੀਡਰ ਕੀ ਪੈਦਾ ਨਹੀਂ ਹੋਣਗੇ ਬਿਲਕੁਲ ਵਾਪਸ ਆ ਕੇ ਇਹ ਸਵਾਲ ਹੋਵੇਗਾ ਜ਼ਰੂਰ ਸਵਾਲ ਇੱਕ ਪੁੱਛ ਰਿਹਾ ਸਵਾਲ ਅਸੀਂ ਇਹ ਪੁੱਛ ਰਹੇ 2019 ਦੀਆਂ ਲੋਕ ਸਭਾ ਚੋਣਾਂ ਲਈ ਪੰਜਾਬ ਦੀ ਆਵਾਮ ਅਤੇ ਸਿਆਸੀ ਦਿਨਾਂ ਕਿੰਨੀਆਂ ਤਿਆਰ ਆ ਜਗਤਾਰ ਸਿੰਘ ਇੱਕ ਵਾਰ ਫਿਰ ਮੈਨੂੰ ਤੁਹਾਡੇ ਕੋਲ ਆਉਣਾ ਪੈ ਰਿਹਾ ਆਮ ਆਦਮੀ ਪਾਰਟੀ ਤੋਂ ਲੋਕਾਂ ਨੂੰ ਉਮੀਦ ਹੋਈ ਸੀ ਪੰਜਾਬੀਆਂ ਨੂੰ ਉਮੀਦ ਹੋਈ ਸੀ ਨਵੇਂ ਲੀਡਰ ਪੈਦਾ ਹੋਣਗੇ ਯੂਥ ਆ ਜਿਹੜਾ ਅੱਗੇ ਆਊਗਾ ਤੁਸੀਂ ਉਸ ਯੂਥ ਨੂੰ ਅੱਗੇ ਲਿਆਉਣ ਦੀ ਬਜਾਏ ਖੁਦ ਹੀ ਆਪਦੇ ਘਰ ਵਿੱਚ ਇੰਨੇ ਕੁ ਪੁਆੜੇ ਪਵਾ ਲਏ ਕਿ ਯੂਥ ਨੂੰ ਹੁਣ ਉਮੀਦਾਂ ਨਹੀਂ ਰਹੀਆਂ ਕਿ ਆਮ ਆਦਮੀ ਪਾਰਟੀ ਕੁਛ ਕਰੇਗੀ ਅੱਗੇ ਦੇਖੋ ਆਪਣੇ ਘਰ ਦੇ ਵਿੱਚ ਪੁਆੜਾ ਕੋਈ ਜਾਣ ਬੁੱਝ ਕੇ ਨਹੀਂ ਪਾਉਂਦਾ ਹੁੰਦਾ ਕੋਈ ਖੁਸ਼ੀ ਨਹੀਂ ਹੁੰਦੀ ਘਰ 'ਚ ਪੁਆੜਾ ਪੈ ਜਾਵੇ ਨਾ ਹੀ ਕੋਈ ਚਾਹੁੰਦਾ ਹੁੰਦਾ ਆ ਕੁਛ ਹਾਲਾਤ ਇੱਦਾਂ ਦੇ ਬਣ ਗਏ ਮੈਂ ਹੁਣ ਉਹਨਾਂ ਦੇ ਵਿੱਚ ਡਿਟੇਲ 'ਚ ਨਹੀਂ ਜਾਣਾ ਚਾਹੁੰਦਾ ਕਿਉਂਕਿ ਹੁਣ ਅਸੀਂ ਉਸ ਚੀਜ਼ 'ਚੋਂ ਬਾਹਰ ਹਾਂ ਤੁਸੀਂ ਇਹ ਮੰਨਦੇ ਹੋ ਕਿ ਜਿਹੜੀਆਂ ਇਹ ਦੋ ਰਵਾਇਤੀ ਪਾਰਟੀਆਂ ਹੈਗੀਆਂ ਜਿਨ੍ਹਾਂ ਦੇ ਖਿਲਾਫ਼ ਤੁਸੀਂ ਲੜਾਈ ਲੜਨਾ ਚਾਹ ਰਹੇ ਸੀਗੇ ਤੁਸੀਂ ਇੱਕ ਨਵੇਂ ਲੀਡਰ ਪੈਦਾ ਕਰਨਾ ਚਾਹੁੰਦੇ ਸੀਗੇ ਤੁਹਾਡੀ ਆਪਸੀ ਲੜਾਈ ਕਰਕੇ ਉਹ ਨਵੇਂ ਲੀਡਰ ਪੈਦਾ ਨਹੀਂ ਹੋ ਪਾ ਰਹੇ ਨਹੀਂ ਅਸੀਂ ਵੀ ਆਰ ਔਨ ਦਾ ਪਾਥ ਅਗੇਨ ਵੀ ਆਰ ਔਨ ਦਾ ਪਾਥ ਅਗੇਨ ਜਿਹੜਾ ਬਰਾੜ ਸਾਹਿਬ ਦੀਆਂ ਗੱਲਾਂ 'ਚ ਨਾ ਪ੍ਰਭਾਵਿਤ ਹੋਈ ਚਲੋ ਤੁਸੀਂ ਵੀ ਜਿੱਦਾਂ ਇਹ ਕਹਿ ਗਿਆ ਇੱਧਰੋਂ ਵੀ ਕੈਂਡੀਡੇਟ ਆ ਗਿਆ ਇੱਧਰੋਂ ਵੀ ਕੈਂਡੀਡੇਟ ਆ ਗਿਆ ਸਾਰੀਆਂ ਵੋਟਾਂ ਵੀ ਗਈਆਂ ਮੈਂ ਉਹੀ ਦੱਸ ਰਿਹਾ ਨਾ ਸਾਰੀਆਂ ਪਾਰਟੀਆਂ ਦੇ ਜਦੋਂ ਕੈਂਡੀਡੇਟ ਸ਼ਾਮਿਲ ਕਰੀ ਜਾ ਰਹੇ ਆ ਮਿਕਸ ਵੈਜੀਟੇਬਲ ਹੋ ਗਈ ਇਹਨਾਂ ਦੀ ਆਪਣੀ ਆਈਡੈਂਟੀ ਤਾਂ ਖਤਮ ਹੋ ਗਈ ਹਾਂਜੀ ਅਤੇ ਬਾਕੀ ਜਿਹੜੀ ਸਰਦਾਰ ਤਰਲੋਚਨ ਸਿੰਘ ਜੀ ਨੇ ਗੱਲ ਕੀਤੀ ਹੈ ਕਿ ਇਹਨਾਂ ਵਿੱਚ ਹੀ ਸਾਰੇ ਜਾ ਰਹੇ ਆ ਇਹ ਲਿਜਾ ਰਹੇ ਆ ਜਿਹੜੇ ਮਤਲਬ ਜਿਸ ਤਰ੍ਹਾਂ ਕੋਈ ਬੰਦਾ ਕੋਈ ਨਿਰਾਸ਼ ਹੁੰਦਾ ਆ ਧੱਕੇ ਨਾਲ ਨਹੀਂ ਜਿਹੜੇ ਬੰਦਿਆਂ ਦੀ ਦੂਸਰੇ ਪਾਸੇ ਪੁੱਛਗਿੱਛ ਨਹੀਂ ਰਹੀ ਜਾਂ ਕੁਛ ਮਨਸੂਬੇ ਸਕੇ ਨਹੀਂ ਪੂਰੇ ਹੋ ਸਕੇ ਜੇ ਕੋਈ ਆਪਣੇ ਆਪ ਆ ਰਹੇ ਆ ਤਾਂ ਬੀਬੀ ਹਰਵੰਸ ਕੌਰ ਦੂਲੋ ਸਾਡੇ 'ਚ ਆਏ ਨੇ ਆਮ ਆਦਮੀ ਪਾਰਟੀ 'ਚ ਆਏ ਨੇ ਜਗਮੀਤ ਬਰਾੜ ਨੂੰ ਵੀ ਤੁਸੀਂ ਲਿਆਉਣਾ ਚਾਹੁੰਦੇ ਸੀ ਸੰਘੇੜਾ ਸਾਹਿਬ ਹਾਂਜੀ ਜਗਮੀਤ ਬਰਾੜ ਉਹਨਾਂ ਨੂੰ ਤੁਸੀਂ ਲਿਆਉਣਾ ਨਹੀਂ ਅਸੀਂ ਤਾਂ ਉਹਨਾਂ ਨੂੰ ਪਹਿਲਾਂ ਵੀ ਨਹੀਂ ਸ਼ਾਮਿਲ ਕੀਤਾ ਜੀ ਨਹੀਂ ਬਹੁਤ ਪਹਿਲਾਂ ਸਹਿਮਤੀ ਵੀ ਹੋਈ ਸੀਗੀ ਇਕੱਠੇ ਤੁਸੀਂ ਪ੍ਰੈਸ ਕਾਨਫਰੰਸ ਨਹੀਂ ਹਾਂ ਉਹਨਾਂ ਨੇ ਬਾਹਰੋਂ ਹਮਾਇਤ ਦਿੱਤੀ ਸੀ ਸਾਨੂੰ ਨਹੀਂ ਬਾਹਰੋਂ ਹਮਾਇਤ ਦਿੱਤੀ ਤੁਸੀਂ ਵੀ ਕਹਿੰਦਾ ਸਾਡੇ ਚੋਣ ਨਿਸ਼ਾਨ ਤੇ ਬਾਕੀ 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 ਵੋਟਾਂ ਇਦਾਂ ਨਹੀਂ ਤਬਦੀਲ ਹੁੰਦੀਆਂ ਹੁੰਦੀਆਂ ਮੈਂ ਤੁਹਾਨੂੰ ਦੱਸਦਾ ਸਾਡੇ ਇੰਟਰਨਲ ਸਰਵੇ ਨੇ ਅਸੀਂ 7 ਸੀਟਾਂ ਅੱਜ ਦੀ ਡੇਟ 'ਤੇ ਲਿਜਾ ਰਹੇ ਹਾਂ ਬਾਕੀਆਂ 'ਤੇ ਫਾਈਟ ਦੇਵਾਂਗੇ ਐਂਡ ਵੀ ਆਰ ਆਊਟ ਆਲਰੇਡੀ ਸਾਡੇ ਕੋਲ ਇੰਨੇ ਪੈਸੇ ਨਹੀਂ ਹੈਗੇ ਪੈਸੇ ਵੱਡੀਆਂ ਵੱਡੀਆਂ ਰੈਲੀਆਂ ਕਰੀਏ ਹੋਰ ਕਰੀਏ ਅਸੀਂ ਡੋਰ ਟੂ ਡੋਰ ਸਾਡਾ ਵਲੰਟੀਅਰ ਜਾ ਰਿਹਾ ਆ ਉਹ ਇਹੀ ਜਾ ਕੇ ਕਹਿ ਰਿਹਾ ਕਿ ਘਰ ਘਰ ਨੌਕਰੀ ਮਿਲ ਗਈ ਜੇ ਨਹੀਂ ਮਿਲੀ ਨਾਲ ਦੇ ਘਰ 'ਚ ਪੁੱਛ ਲਓ ਜੇ ਨਾਲ ਦੇ ਘਰ 'ਚ ਵੀ ਨਹੀਂ ਮਿਲੀ ਸਾਰੇ ਪਿੰਡ 'ਚ ਪੁੱਛ ਲਓ ਜੇ 2-4 ਵੀ ਨੌਕਰੀਆਂ ਮਿਲੀਆਂ ਫੇਰ ਵੋਟ ਕਾਂਗਰਸ ਨੂੰ ਪਾ ਦਿਓ ਨਹੀਂ ਤਾਂ ਸਾਨੂੰ ਪਾ ਦਿਓ ਅਸੀਂ ਸਾਰੇ ਵਾਅਦਿਆਂ 'ਤੇ ਇਸ ਹਿਸਾਬ ਨਾਲ ਹੀ ਗੱਲ ਕਰਾਂਗੇ ਲਾਸਟ ਪੁਆਇੰਟ ਤੁਹਾਡੇ ਫਟਾਫਟ ਦੇਖੋ ਜੀ ਦੋ ਪੁਆਇੰਟਸ 'ਤੇ ਗੱਲ ਕਰਾਂਗਾ ਇੱਕ ਤਰਲੋਚਨ ਸਿੰਘ ਜੀ ਨੇ ਕਿਹਾ ਵੀ ਨਵੇਂ ਚਿਹਰਿਆਂ ਨੂੰ ਮੌਕਾ ਨਹੀਂ ਮਿਲ ਰਿਹਾ ਜਾਂ ਨਵੀਂ ਲੀਡਰਸ਼ਿਪ ਨਹੀਂ ਡਿਵੈਲਪ ਹੋ ਰਹੀ ਹੈ ਇਹ ਵੀ ਬਿਲਕੁਲ ਗਲਤ ਹੈ ਗੁਰਜੋਤ ਔਜਲਾ ਦੇਖ ਲਓ ਜੀ ਅੰਮ੍ਰਿਤਸਰ ਤੋਂ ਗੁਰਜੀਤ ਔਜਲਾ ਰਾਜਾ ਵੜਿੰਗ ਬਠਿੰਡੇ ਤੋਂ ਸੋ ਨਵੇਂ ਟੈਲੈਂਟ ਨੂੰ ਮੌਕਾ ਮਿਲ ਰਿਹਾ ਹੈ ਡਾਕਟਰ ਚੱਬੇਵਾਲ ਦੇਖੋ ਬੰਦਿਆਂ ਦੀ ਗੱਲ ਕਰ ਰਿਹਾ ਬਾਰੀ ਕੈਂਡੀਡੇਟ ਨਹੀਂ ਤੁਸੀਂ ਕਿਹਾ ਵੀ ਪਾਰਟੀਆਂ ਦੇ ਵਿੱਚ ਉਹ ਨਹੀਂ ਆ ਰਿਹਾ ਬਾਕੀ ਬਰਾੜ ਸਾਹਿਬ ਨੇ ਕਿਹਾ ਕਿ ਜੀ 10% ਇਹਨਾਂ ਦੀ ਵੋਟ ਮਤਲਬ ਡ੍ਰਿਫਟ ਅਵੇ ਹੋ ਗਈ ਸੀਗੀ ਬਰਾੜ ਸਾਹਿਬ ਜੇ 10% ਵੀ ਤੁਹਾਡੇ ਕੋਲ ਆ ਜਾਏ ਤਾਂ ਵੀ ਤੁਹਾਡਾ 35% ਹੀ ਬਣਦਾ ਅਤੇ ਸਾਡਾ 38 ਹੈ ਜੇ ਸਾਡਾ 7% 'ਚੋਂ ਅੱਧੇ ਵੀ ਵਾਪਸ ਆ ਜਾਣਾ ਸਾਡਾ ਵੋਟ ਸ਼ੇਅਰ ਤਾਂ ਵੀ ਤੁਹਾਡੇ ਤੋਂ ਜ਼ਿਆਦਾ ਸੋ ਇੰਨਾ ਜ਼ਿਆਦਾ ਵੀ ਓਵਰ ਇੰਥੋਜ਼ਿਆਸਟਿਕ ਨਹੀਂ ਹੋਈਦਾ ਹੁੰਦਾ ਆਪਾਂ ਲੋਕਾਂ ਦੇ ਸਾਹਮਣੇ ਆਪਦਾ ਕਾਰਗੁਜ਼ਾਰੀ ਰੱਖਣੀ ਹੈ ਤੁਸੀਂ 10 ਸਾਲ ਪੰਜਾਬ ਦੇ ਉੱਤੇ ਤੁਹਾਨੂੰ ਸਰਕਾਰ 2 ਵਾਰ ਚਲਾਉਣ ਦਾ ਮੌਕਾ ਮਿਲਿਆ ਠੀਕ ਹੈ ਹੁਣ ਲੋਕਾਂ ਨੇ ਸਾਨੂੰ ਮੌਕਾ ਦਿੱਤਾ ਹੈ ਅਤੇ ਅਸੀਂ 2 ਸਾਲਾਂ ਦੇ ਵਿੱਚ ਜੋ ਆਪਦੀ ਕਾਰਗੁਜ਼ਾਰੀ ਕੀਤੀ ਹੈ ਲੋਕਾਂ ਦੇ ਕਚਹਿਰੀ 'ਚ ਰੱਖੀ ਹੈ ਅਤੇ ਮੇਰੇ ਖਿਆਲ ਨਾਲ ਲੋਕ ਬੈਸਟ ਜੱਜ ਹੋਣਗੇ ਹਾਂਜੀ ਬਰਾ ਲਾਸਟ ਪੁਆਇੰਟ ਮੈਂ ਇੱਕ ਕਹਾਂ ਕਿ ਸੰਘੇੜਾ ਸਾਹਿਬ ਨੇ ਕਿਹਾ ਸੀ ਵੀ ਲੀਡਰ ਲੈ ਜਾਓ ਅਤੇ ਵੀ ਥੱਲੇ ਵੋਟਰ ਤਾਂ ਸਾਡੇ ਨਾਲ ਹੀ ਹੈ ਮਤਲਬ ਮੈਂ ਇੱਕ ਗੱਲ ਕਹਾਂ ਕਿ ਇਹਨਾਂ ਦੇ ਤੁਹਾਡੇ ਚੁਣੇ ਹੋਏ ਹੀਰੇ ਸੀਗੇ ਉਸ ਟਾਈਮ ਦੇ ਮੇਰੇ ਖਿਆਲ ਗਲਤ ਨਹੀਂ ਤੁਸੀਂ ਚੁਣੇ ਭਾਵੇਂ ਕਿਸੇ ਤੋਂ ਥੋੜ੍ਹਾ ਬਹੁਤਾ ਥੱਲੇ ਰੌਲਾ ਬਾਅਦ 'ਚ ਪੈਂਦਾ ਰਿਹਾ ਤੁਹਾਡੇ ਲੀਡਰ ਹੀ ਕਹਿੰਦੇ ਰਹੇ ਚੱਲ ਮੈਂ ਉਸ ਪਾਸੇ ਨਹੀਂ ਜਾਊਂਗਾ ਅੱਜ ਫਿਰ ਜੇ ਮੈਡਮ ਦੂਲੋ ਨੂੰ ਜਿਹੜਾ ਤੁਸੀਂ ਲੈ ਗਏ ਉਹ ਕਿਹੜਾ ਟਰੱਕ ਵੋਟਾਂ ਦਾ ਲੈ ਆਊ ਜੇ ਤੁਸੀਂ ਦੂਜਿਆਂ ਨੂੰ ਐਂ ਕਹਿੰਦੇ ਹੋ ਇਹ ਥਿਉਰੀ ਨਹੀਂ ਹੈ ਮੈਂ ਤਾਂ ਇੱਕ ਪੰਜਾਬ ਦੀ ਸਥਿਤੀ ਦੱਸ ਰਿਹਾ ਕਿ ਜੇ ਜਿਹੜੇ ਬੰਦੇ ਥੋੜ੍ਹੀ ਬਹੁਤੀ ਸੂਝ ਬੂਝ ਰੱਖਦੇ ਆ ਤੁਸੀਂ ਤਾਂ ਹੀ ਟਿਕਟਾਂ ਦਿੱਤੀਆਂ ਅਤੇ ਉਹ ਸਾਡੇ ਵੱਲ ਨੂੰ ਆ ਰਹੇ ਇੱਕ ਮੈਂ ਸਰ ਤਰਲੋਚਨ ਸਿੰਘ ਜੀ ਦੀ ਇਹ ਗੱਲ ਨੂੰ ਬੇਨਤੀ ਕਰਦੇ ਹਾਂ ਕਿਉਂਕਿ ਸੀਨੀਅਰ ਹੈ ਮੈਨੂੰ ਇਹਦੀ ਗੱਲ ਕੱਟਣ ਨੂੰ ਜੀ ਵੀ ਨਹੀਂ ਕਰਦਾ ਪਰ ਮੈਂ ਤੱਥਾਂ ਦੇ ਆਧਾਰ 'ਤੇ ਕੱਟਣੀ ਪੈਣੀ ਹੈ ਇਹ ਕਹਿੰਦੇ ਵੀ ਸ਼੍ਰੋਮਣੀ ਅਕਾਲੀ ਦਲ ਜਿਹੜਾ ਉਹ ਕ੍ਰਾਈਸਿਸ 'ਚ ਹੈ ਇਹ ਠੀਕ ਹੈ ਲਿਖਣ ਵਾਲਿਆਂ ਦੇ ਕਰਕੇ ਕ੍ਰਾਈਸਿਸ 'ਚ ਹੈ ਪਰ
ਇਹਨੂੰ ਕ੍ਰਾਈਸਿਸ ਨਹੀਂ ਕਹਿ ਸਕਦੇ ਬ੍ਰਦਰ ਸਾਹਿਬ ਇੱਕ ਸਵਾਲ ਕਰਨਾ ਬ੍ਰਦਰ ਸਾਹਿਬ ਬ੍ਰਦਰ ਸਾਹਿਬ ਇੱਕ ਇੱਕ ਸਵਾਲ ਮੇਰੀ ਤਾਂ ਗੱਲ ਦਾ ਪੂਰਾ ਜਵਾਬ ਦੇ ਜਿੰਨਾ ਤੁਸੀਂ ਵਿੱਚੋਂ ਟੋਕ ਕੇ ਟਾਈਮ ਖਰਾਬ ਕਰਦੇ ਨਾ ਉਦੋਂ ਬਾਅਦ ਪੁੱਛਣਾ ਕੋਈ ਗੱਲ ਨਹੀਂ ਜਗਮੀਤ ਬਰਾੜ ਜੋ ਤੁਸੀਂ ਆਪਣੀ ਪਾਰਟੀ ਸ਼ਾਮਲ ਕੀਤੇ ਜਗਮੀਤ ਬਰਾੜ ਨੂੰ ਤੁਸੀਂ ਇਸ ਤਰੀਕੇ ਕਿਉਂ ਪੇਸ਼ ਕਰ ਦਿੱਤਾ ਕਿ ਸਾਰਾ ਪੰਜਾਬ ਹੀ ਆਵਾਜ਼ੇ ਪੰਜਾਬ ਜਗਮੀਤ ਸਿੰਘ ਬਰਾੜ ਹੀ ਹੋ ਗਿਆ ਨਹੀਂ ਮੇਰੀ ਇੱਕ ਬੇਨਤੀ ਸੁਣ ਲਓ ਕੋਈ ਪੇਸ਼ਕਾਰੀ ਇਹ ਵੀ ਤੁਸੀਂ ਕਰਦੇ ਹੋ ਨਹੀਂ ਨਹੀਂ ਤੁਸੀਂ ਪੇਸ਼ ਕੀਤਾ ਬਾਦਲ ਬਰਾੜ ਸਾਰਾ ਉੱਥੇ ਹਾਜ਼ਰ ਸੀਗਾ ਦੇਖੋ ਸਾਡਾ ਹੁਣ ਇਹਨਾਂ ਤੋਂ ਤੁਸੀਂ ਕਦੇ ਵੀ ਨਹੀਂ ਇਕੱਠੇ ਹੋਏ ਗਏ ਤੁਸੀਂ ਮੇਰੀ ਕੇਬੀਜੀ ਇੱਕ ਬੇਨਤੀ ਸੁਣੋ 7 ਲੋਕ ਸਭਾ ਦੀਆਂ ਇਲੈਕਸ਼ਨਾਂ ਉਹਨੇ ਸਾਡੇ ਖਿਲਾਫ ਲੜੀਆਂ 2 ਨੇ ਵਿਧਾਨ ਸਭਾ ਦੀਆਂ ਇਲੈਕਸ਼ਨਾਂ ਉਹਨੇ ਸਾਡੇ ਖਿਲਾਫ ਲੜੀਆਂ ਔਰ ਕੱਦਾਵਰ ਲੀਡਰ ਹੈ ਉਹਦਾ ਭਰਾ ਐਮਐਲਏ ਸਾਬਕਾ ਐਮਐਲਏ ਹੈ ਕੱਦਾਵਰ ਲੀਡਰ ਹੈ ਔਰ ਸਾਡੇ ਉਹ ਜ਼ਿਲ੍ਹੇ 'ਚ ਹੈ ਤੁਸੀਂ ਬੰਦੇ ਦਾ ਇੱਕ ਸਟੈਮਿਨਾ ਤਾਂ ਦੇਖੋ ਨਾ ਕਿ 9 ਇਲੈਕਸ਼ਨਾਂ ਬਾਦਲ ਪਰਿਵਾਰ ਦੇ ਖਿਲਾਫ ਲੜਨੀਆਂ ਔਰ ਐਮਪੀ ਰਹਿੰਦਿਆਂ ਵੀ ਜੇਲ੍ਹਾਂ ਤੱਕ ਜਾਣਾ ਪੰਜਾਬ ਦੀਆਂ ਕਈ ਗੱਲਾਂ ਵੀ ਮੁੱਦੇ ਵੀ ਉਠਾਏ ਇਸ ਕਰਕੇ ਸਾਡਾ ਹੋਮ ਡਿਸਟ੍ਰਿਕਟ ਸੀਗਾ ਪੁਰਾਣੇ ਉਹਨਾਂ ਦੇ ਰਿਸਪੈਕਟ ਵਜੋਂ ਗਏ ਤੁਸੀਂ ਰਿਸਪੈਕਟ ਵਜੋਂ ਕੁਦਰਤੀ ਹੈ ਬਾਦਲ ਸਾਹਿਬ ਨਾਲ ਉਹਨਾਂ ਦੇ ਪਿਤਾ ਨੇ ਕੰਮ ਕੀਤਾ ਸੀ ਤੇ ਜੇ ਉਹ ਵਾਪਸ ਘਰ ਆਏ ਆ ਤੇ ਇਸ ਕਰਕੇ ਕੀਤਾ ਇੱਕ 2 ਮੈਂ ਦੇਣ ਬੇਨਤੀ ਕਰਦਾ ਜਿਹੜੇ ਲੀਡਰਸ਼ਿਪ ਦੀ ਆ ਸਾਡੇ 4-5 ਐਮਐਲਏ ਐਸੇ ਨੇ ਜਿਹੜੇ ਨਵੇਂ ਬਣ ਕੇ ਆਏ ਨੇ ਔਰ ਰਣੀਕੇ ਸਾਹਿਬ ਦੀ ਇੱਥੇ ਗੱਲ ਚੱਲੀ ਹੈ ਸਾਹ ਤਰਲੋਚਨ ਸਿੰਘ ਜੀ ਨੇ ਗੱਲ ਠੀਕ ਕੀਤੀ ਹੈ ਪਰ ਸਾਡੇ ਦੇ ਸਾਰੇ ਜਿਹੜਾ ਸਰਕਲ ਪ੍ਰਧਾਨ ਜ਼ਿਲ੍ਹੇ ਦੇ ਪ੍ਰਧਾਨ ਔਰ ਜਿਹੜੇ ਸਾਡੇ 9 ਦੇ 9 ਐਮਐਲਏ ਜਾਂ ਮੁੱਖ ਸੇਵਾਦਾਰ ਸੀਗੇ ਸਾਰਿਆਂ ਨੇ ਬੈਠ ਕੇ ਫੈਸਲਾ ਕੀਤਾ ਕਿਉਂਕਿ ਉੱਥੋਂ ਦੇ ਇੰਚਾਰਜ ਰਹੇ ਸੀ ਵੀ ਕੱਦਾਵਰ ਲੀਡਰ ਦੇ ਦਿਓ ਸਾਨੂੰ ਇਹ ਆ ਗਏ ਪਰ ਜੇ ਆਪਾਂ ਫਰੀਦਕੋਟ ਦੇ ਵਿੱਚ ਤੁਸੀਂ ਸਭ ਤੋਂ ਜ਼ਿਆਦਾ ਉੱਥੇ ਆਪਦਾ ਸਿਆਸੀ ਆਧਾਰ ਖੜਾ ਕੀਤਾ ਅਕਾਲੀ ਦਲ ਨੇ ਜਦੋਂ ਉੱਥੇ ਹੱਦਬੰਦੀ ਤੋਂ ਬਾਅਦ ਨਵੀਂ ਸੀਟ ਡਿਕਲੇਅਰ ਹੁੰਦੀ ਹੈ ਅਕਾਲੀ ਦਲ ਉੱਥੋਂ ਸੀਟ ਛੱਡਦਾ ਪਰਮਜੀਤ ਕੌਰ ਗੁਲਸ਼ਨ ਨੂੰ ਲੈ ਕੇ ਆਉਂਦਾ ਅਤੇ ਹੁਣ ਗੁਲਜ਼ਾਰ ਸਿੰਘ ਰਣੀਕੇ ਨੂੰ ਲੈ ਕੇ ਆ ਰਹੇ ਹੋ ਤੁਸੀਂ ਇਹਦਾ ਮਤਲਬ ਫਰੀਦਕੋਟ ਵਿੱਚ ਬਾਦਲ ਪਰਿਵਾਰ ਤੋਂ ਬਾਅਦ ਕੋਈ ਲੀਡਰ ਪੈਦਾ ਹੋਣ ਨਹੀਂ ਦਿੱਤਾ ਗਿਆ ਨਹੀਂ ਮੇਰੀ ਇੱਕ ਬੇਨਤੀ ਫਿਰ ਕਹੂੰਗਾ ਇਹਦੇ ਮੈਂ ਜਦੋਂ ਸਾਰਿਆਂ ਨੇ ਸਾਰੀ ਪਾਰਟੀ ਨੇ ਇਹ ਫੈਸਲਾ ਕਰ ਲਿਆ ਕਿ ਕੱਦਾਵਰ ਲੀਡਰ ਸਾਨੂੰ ਫਲਾਨਾ ਦੇ ਦਿਓ ਅਤੇ ਪਾਰਟੀ ਪ੍ਰਧਾਨ ਸਾਹਿਬ ਬਾਅਦ 'ਚ ਜਾ ਕੇ ਉਹਨਾਂ ਦਾ ਫੈਸਲਾ ਸੁਣ ਰਹੇ ਆ ਵੀ ਤੁਸੀਂ ਸਾਡੇ ਆਹ ਲੀਡਰ ਭੇਜਣਾ ਇਹ ਪਾਰਟੀ ਪ੍ਰਧਾਨ ਸਾਹਿਬ ਦਾ ਨਹੀਂ ਇਹ ਉਹਨਾਂ ਦਾ ਫੈਸਲਾ ਹੈ ਮੈਂ ਤੁਹਾਨੂੰ ਕਿਉਂਕਿ ਮੈਂ ਉੱਥੇ ਮੌਕੇ 'ਤੇ ਮੌਜੂਦ ਸੀਗਾ 1.5 ਘੰਟਾ ਉਹਨਾਂ ਨੇ ਆਪਦੀ ਮੱਥਾਪੱਚੀ ਕੀਤੀ ਔਰ ਮੰਗ ਕੇ ਲਿਆ ਕਿ ਸਾਨੂੰ ਆਹ ਬੰਦਾ ਦੇ ਜਿਹੜੇ ਜਗਿੰਦਰ ਸਿੰਘ ਜੀ ਆਏ ਸੀਗੇ ਉਹ ਕੱਦਾਵਰ ਲੀਡਰ ਨਹੀਂ ਉਹਨਾਂ ਨੂੰ ਕੋਈ ਫਿਰ ਉਹੀ ਗੱਲ ਜੀ ਤੁਸੀਂ ਜੇ ਕੋਈ ਪਾਰਟੀ 'ਚ ਆਇਆ ਤਾਂ ਇਕੱਲੀਆਂ ਟਿਕਟਾਂ ਲਈ ਥੋੜ੍ਹੀ ਆਉਂਦਾ ਜੀ ਇੱਕ ਲਾਸਟ ਜਿਹੜੀ ਗੱਲ ਮੇਰੀ ਰਹਿ ਗਈ ਹੈ ਭਾਵੇਂ ਉਹ ਸਾਡੀ ਪਾਰਟੀ ਦੇ ਤਿੰਨ ਵਾਰੀ ਵਜ਼ੀਰ ਰਹੇ 4 ਵਾਰੀ ਐਮਐਲਏ ਰਹੇ ਉੱਥੋਂ ਦੇ ਇੰਚਾਰਜ ਰਹੇ ਫਰੀਦਕੋਟ ਦੇ ਵੀ ਰਹੇ ਮੋਗੇ ਦੇ ਵੀ ਰਹੇ ਵਾਰੀ ਵਾਰੀ ਕਰਦੇ ਰਹੇ ਐਸ ਸੀ ਵਿੰਗ ਦੇ ਸਾਡੇ ਉਹ ਪ੍ਰਧਾਨ ਵੀ ਹੈ ਮੈਂ ਇੱਕ ਬੇਨਤੀ ਕਰਦਾ ਕਿ ਜਿਹੜੀ ਮਨੀਸ਼ ਤਿਵਾੜੀ ਜੀ ਦੀ ਗੱਲ ਕੀਤੀ ਹੈ ਉਹ ਤਾਂ ਪੰਜਾਬ ਨਾਲ ਵਾਸਾ ਵੀ ਮਤਲਬ ਸਹੀ ਤਰੀਕੇ ਨਾਲ ਹੈ ਨਹੀਂ ਉਹਨਾਂ ਦਾ ਤਾਂ ਚੰਡੀਗੜ੍ਹ ਨਾਲ ਵਾਸਾ ਹੈ ਲੜਾਈ ਵੀ ਚੰਡੀਗੜ੍ਹੋਂ ਕਰਦੇ ਸੀ ਪਹਿਲਾਂ ਮੰਨ ਲਓ ਆਮ ਆਦਮੀ ਪਾਰਟੀ ਤੋਂ ਵੀ ਜਾ ਕੇ ਸਰਵੇ 'ਚ ਕਰਾਇਆ ਕਿ ਮੈਂ ਮੁੱਖ ਮੰਤਰੀ ਬਣ ਸਕਦਾ ਪਿਛਲੇ ਦਿਨਾਂ 'ਚ ਇੱਕ ਹੋਰ ਪਾਰਟੀ ਤੋਂ ਵੀ ਸਰਵੇ ਹੋਈ ਗਿਆ ਲੁਧਿਆਣੇ ਤੋਂ ਚਲੋ ਖੈਰ ਮੈਂ ਉਹ ਬਾਹਰ ਨਹੀਂ ਜਾਣਾ ਚਾਹੁੰਦਾ ਕਿਉਂਕਿ ਐਵੇਂ ਚੰਗਾ ਨਹੀਂ ਲੱਗਦਾ ਪਰ ਮੈਂ ਇੱਕ ਬੇਨਤੀ ਕਰਦਿਆਂ ਕਿ ਕਈ ਵਾਰੀ ਪਾਰਟੀ ਦੀ ਸਟ੍ਰੈਟਜੀ ਹੁੰਦੀ ਹੈ ਵੱਡੇ ਲੀਡਰਾਂ ਨੂੰ ਲੜਾਉਣਾ ਉਸ ਸਟ੍ਰੈਟਜੀ ਦੇ ਤਹਿਤ ਅਸੀਂ ਲੜਾ ਰਹੇ ਹਾਂ ਹੋਰ ਦਾਅਵੇ ਜਿੰਨੇ ਮਰਜ਼ੀ ਕਰੀ ਚੱਲੋ ਕੁਆਲਿਟੀ ਆਫ ਕੈਂਡੀਡੇਟਸ ਦੇਖ ਲਓ ਅਸੀਂ ਜਲੰਧਰ ਤੋਂ ਜਸਟਿਸ ਜੋਰਾ ਸਿੰਘ ਜੀ ਦਿੱਤੇ ਆ ਹਾਂਜੀ ਬਾਕੀ ਥਾਵਾਂ ਤੋਂ ਦੇਖ ਲਓ ਕੁਆਲਿਟੀ ਆਫ ਕੈਂਡੀਡੇਟ ਜਿਸ ਤਰ੍ਹਾਂ ਮਨੀਸ਼ ਤਿਵਾੜੀ ਜੀ ਦਾ ਇੱਥੋਂ ਹੋਇਆ ਇਹਨਾਂ ਨੇ ਮੁਹੰਮਦ ਸਦੀਕ ਜੀ ਨੂੰ ਉੱਥੋਂ ਟਿਕਟ ਦੇ ਦਿੱਤੀ ਫਰੀਦਕੋਟ ਤੋਂ ਮਤਲਬ ਨਹੀਂ ਮਨੀਸ਼ ਤਿਵਾੜੀ ਜੀ ਕੁਆਲਿਟੀ ਕੈਂਡੀਡੇਟ ਨਹੀਂ ਹੈਗੇ ਨਹੀਂ ਨਹੀਂ ਗੱਲ ਸੁਣੋ ਇੱਕ ਵਾਰ ਸੰਗੇੜਾ ਸਾਹਿਬ ਤੋਂ ਨਹੀਂ ਨਹੀਂ ਸਾਹਿਬ ਤੋਂ ਕਿਉਂ ਇਹ ਤੁਹਾਡਾ ਕੀ ਗੱਲ ਹੋਈ ਸਦੀਕ ਸਾਹਿਬ ਤੋਂ ਨਹੀਂ ਨਹੀਂ ਇੱਕ ਮਿੰਟ ਗੱਲ ਤਾਂ ਕਰਨ ਦਾ ਦਿਸ ਇਜ਼ ਵੈਰੀ ਅਫੈਂਸਿਵ ਭਾਜਪਾ ਨੇ ਇੱਕ ਦਿਸ ਇਜ਼ ਅਫੈਂਸਿਵ ਬਹੁਤ ਅੱਛੀ ਡਿਬੇਟ ਕੀਤੀ ਹੈ ਹੁਣ ਹੁਣ ਲੱਗ ਕਰੋ ਇੱਕ ਇੱਕ ਪੈਰਾਸ਼ੂਟ ਕੈਂਡੀਡੇਟ ਦੇਤਾ 2 ਪੈਰਾਸ਼ੂਟ ਤਿਆਰ ਹੋ ਰਹੇ ਨੇ ਭਾਜਪਾ ਦੇ ਸ਼੍ਰੋਮਣੀ ਅਕਾਲੀ ਦਲ ਨੇ ਦੋ ਕੈਂਡੀਡੇਟ ਨਹੀਂ ਲਾਂਚ ਕੀਤੇ ਚੱਲੋ ਇਹਨਾਂ ਦਾ ਪਤਾ ਹੈ ਠੀਕ ਇਹ ਕੁਆਲਿਟੀ ਆਫ ਕੈਂਡੀਡੇਟ ਬਹੁਤ ਬਰਾਸਾ ਭਾਈ ਬਹੁਤ ਬਰਾਸਾ ਨਹੀਂ ਆਹ ਗੱਲੀ ਵਾਲੀ ਬਹੁਤ ਬਰਾਸਾ ਨਹੀਂ ਕੁਆਲਿਟੀ ਆਫ ਕੈਂਡੀਡੇਟਸ ਡਿਫਰੈਂਟ ਇਹਨਾਂ ਦੀ ਕੁਆਲਿਟੀ ਅਸੀਂ ਦੇਖ ਲਈ ਸਾਰਿਆਂ ਨੇ ਸਾਡੇ ਕੈਂਡੀਡੇਟ ਵਧੀਆ ਨੇ ਤੇ ਸਥਾਨਕ ਨੇ ਇਹ ਇਹਨਾਂ ਦੀ ਇੱਕੋ ਕੁਆਲਿਟੀ ਸੀ ਵੀ ਅਸੀਂ ਵਲੰਟੀਅਰ ਲੜਾਉਣੇ ਆ ਕੀ ਜਸਟਿਸ ਜੋਰਾ ਸਿੰਘ ਦੀ ਵਲੰਟੀਅਰ ਹੈ ਕੀ ਬੀਬੀ ਬਲਜਿੰਦਰ ਕੌਰ ਇਹਨਾਂ ਦੀ ਵਲੰਟੀਅਰ ਹੈ ਕੀ ਮਿਸਿਸ ਦੂਲੋ ਇਹਨਾਂ ਦੀ ਵਲੰਟੀਅਰ ਹੈ ਕੀ ਇੱਕ ਤੁਸੀਂ ਚੁਣਿਆ ਹੋਇਆ ਤੁਹਾਡਾ ਕੀ ਹੈ ਜਵਾਬ ਦੇ ਲਓ ਤੁਹਾਡਾ ਚੁਣਿਆ ਹੋਇਆ ਮੈਨੂੰ ਤਲੋਜ ਸਿੰਘ ਜੀ ਤੋਂ ਦੋ ਜਵਾਬ ਲੈ ਲੈਂਦੋ ਇੱਕ ਮਿੰਟ ਪਲੀਜ਼ 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 ਜੋਰਾ ਸਿੰਘ ਸੰਗੜਾ ਸਾਹਿਬ ਪਲੀਜ਼ 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 ਤਲੋਜ ਸਿੰਘ ਜੀ ਦੋ ਸਵਾਲ ਹੈਗੇ ਆ ਮੇਰਾ ਤਾਂ ਫਿਰ ਜਵਾਬ ਖਾ ਕੇ ਨਾ ਮੇਰੇ ਦੋਸ਼ ਇਹਨਾਂ ਨੇ ਫੇਲ ਆ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਐਸਸੀ ਵਰਗ ਰਹਿੰਦਾ ਹੈਗਾ ਇਹ ਵਾਰ-ਵਾਰ ਸਾਰੇ ਕਹਿ ਰਹੇ ਆ ਕੋਈ ਮੀਨਾ ਮਿੱਤਲ ਸਾਡੇ ਬਲੰਟੀਅਰ ਇੱਕ ਮਿੰਟ ਪਲੀਜ਼ ਕੋਈ ਇੱਕ ਮਿੰਟ ਪਲੀਜ਼ ਪਲੀਜ਼ ਸੰਗੜਾ ਸਾਹਿਬ ਤਲੋਜ ਸਿੰਘ ਜੀ ਸਵਾਲ ਇਹ ਹੈਗਾ ਕਿਸੇ ਵੀ ਐਸਸੀ ਕੈਂਡੀਡੇਟ ਨੂੰ ਰਿਜ਼ਰਵ ਸੀਟ ਤੋਂ ਬਿਨਾ ਜਨਰਲ ਸੀਟ ਤੇ ਖੜਾਉਣ ਦਾ ਕੋਈ ਕੋਈ ਵੀ ਪਾਰਟੀ ਫੈਸਲਾ ਕਰ ਸਕਦੀ ਹੈ ਕਿਸੇ ਦੇਖ ਸਕਦੀ ਕਿਉਂ ਨਹੀਂ ਕਰ ਸਕਦੀ ਕਰ ਸਕਦੀ ਹੈ ਇਹ ਕਦੀ ਵਾਰੀ ਹੋ ਚੁੱਕਿਆ ਪਹਿਲਾਂ ਬਹੁਤ ਰੇਅਰ ਹੋਇਆ ਬਹੁਤ ਰੇਅਰ ਹੋ ਰਿਹਾ ਰਿਸਕ ਕਿਉਂ ਨਹੀਂ ਲੈਣਾ ਚਾਹੁੰਦੇ ਦੇਖੋ ਰਿਸਕ ਵਾਲੀ ਗੱਲ ਵੀ ਨਹੀਂ ਮੈਨੂੰ ਲੱਗਦਾ ਵੀ
ਇਸ ਭਾਈਚਾਰੇ ਦਾ ਕੈਂਡੀਡੇਟ ਚੋਣਾਂ ਕੈਪਟਨ ਤੇ ਬਾਦਲ ਪਰਿਵਾਰ ਦਾ ਸਿਆਸੀ ਭਵਿੱਖ ਤੈਅ ਕਰਨਗੀਆਂ ਚੱਲ ਰਹੀ। ਮੈਂ ਉਸ ਤੋਂ ਪਹਿਲਾਂ ਬਰਾੜ ਸਾਹਿਬ ਦੀ ਗੱਲ ਦਾ ਜਵਾਬ ਦੇਣਾ। ਬਰਾੜ ਸਾਹਿਬ ਕਿਉਂਕਿ ਅਸੀਂ ਮੀਡੀਆ 'ਚ ਹੈ, ਕਈ ਗੱਲਾਂ ਅਸੀਂ ਨਾ ਹੋ ਸਕਦਾ ਵਧਾ ਚੜ੍ਹਾ ਕੇ ਕਰੀਏ, ਪਰ ਜਿਹੜੀ ਕ੍ਰਾਈਸਿਸ ਦੀ ਗੱਲ ਨਾ ਅਕਾਲੀ ਦਲ ਦੀ ਉਹ ਸੱਚੀ ਹੈ। 10 ਸਾਲ ਦੇ ਰਾਜ ਤੋਂ ਬਾਅਦ 15 ਸੀਟਾਂ, 15 ਹੀ ਹੈ ਨਾ, 15 ਆਉਣੀਆਂ, ਮੇਰੀ ਵੋਟ ਪਰਸੈਂਟੇਜ ਨਹੀਂ ਘਟ ਗਈ। ਨਹੀਂ ਨਹੀਂ ਉਹ ਛੱਡੋ ਤੁਸੀਂ, ਮੈਂ ਮੰਨ ਲਿਆ ਸੀਟਾਂ ਤਾਂ ਮੈਂ ਆਪ ਕਹਿੰਦਾ ਵੀ ਘਟ ਗਈ, ਮੈਂ ਵੋਟ ਪਰਸੈਂਟੇਜ 15 ਤੇ 77 ਦਾ ਬਹੁਤ ਫਰਕ ਹੈ। ਦੂਸਰੀ ਮੇਰੀ ਬੇਨਤੀ ਹੈ, ਪ੍ਰਕਾਸ਼ ਸਿੰਘ ਬਾਦਲ ਜੀ ਤੋਂ ਬਾਅਦ ਸੈਕਿੰਡ ਕਰਤਾਰ ਵਾਲੇ ਨੇਟਾ ਸੁਖਦੇਵ ਸਿੰਘ ਢੀਂਡਸਾ, ਰਣਜੀਤ ਸਿੰਘ ਬ੍ਰਹਮਪੁਰਾ ਹੁਣਾਂ ਦਾ ਬਾਹਰ ਚਲੇ ਜਾਣਾ, ਔਰ ਇਹ ਸਾਰੀਆਂ ਜਿਹੜੀਆਂ ਗੱਲਾਂ ਨੇ ਉਹਨੂੰ ਆਪਾਂ ਕ੍ਰਾਈਸਿਸ ਕਹਾਂਗੇ। ਇੱਕ ਸੱਚੀ ਮੁੱਚੀ ਕ੍ਰਾਈਸਿਸ ਹੈ, ਉਹ ਤੁਸੀਂ ਨਾ ਮੰਨੋ, ਓਪਨਲੀ ਨਹੀਂ ਕਹਿ ਸਕਦੇ, ਤੁਸੀਂ ਕ੍ਰਾਈਸਿਸ 'ਚ ਵਿਚ ਰਹੇ ਜੇ। ਚਲੋ ਮੰਨ ਲੈਣ, ਠੀਕ 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 ਕਿ ਟੀਮ ਬਦਲਣ ਲੱਗੇ ਹੋਏ ਆ। ਚਲੋ ਆਪਾਂ ਸਮਝਦੇ, ਮੈਂ ਪੁੱਛ ਰਿਹਾ ਸੀਗਾ ਕੈਪਟਨ ਦੇ ਬਾਦਲ ਪਰਿਵਾਰ ਦਾ ਭਵਿੱਖ ਤੈਅ ਕਰੂਗੀਆਂ ਚੋਣਾਂ। ਦੇਖੋ ਪਰਿਵਾਰ ਦੀ ਗੱਲ ਕਰ ਰਹੇ, ਕੋਈ ਸ਼ੱਕ ਨਹੀਂ ਗਾ, ਖਾਸ ਕਰਕੇ ਅਕਾਲੀ ਦਲ ਔਰ ਖਾਸ ਕਰਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਣਾ ਦੇ ਸਿਆਸੀ ਭਵਿੱਖ ਦਾ ਫੈਸਲਾ ਇਹ ਲੋਕ ਸਭਾ ਚੋਣਾਂ ਕਰਨਗੀਆਂ, ਇਹਦੇ 'ਚ ਕੋਈ ਸ਼ੱਕ ਨਹੀਂ। ਔਰ ਇਹਦੇ ਲਈ ਸੁਖਬੀਰ ਸਿੰਘ ਬਾਦਲ ਜਿਹੜਾ ਅੱਜ ਕੱਲ੍ਹ ਇੰਨੇ ਯਤਨਸ਼ੀਲ ਨੇ, ਹਰੇਕ ਕੇਡਰ 'ਚ ਜਾ ਕੇ, ਹਰੇਕ ਛੋਟੇ ਲੀਡਰ ਕੋਲ ਜਾ ਕੇ ਜਿਹੜੀ ਗੱਲ ਕਰ ਰਹੇ ਨੇ, ਉਹ ਉਹਨਾਂ ਦੀ ਗੱਲ ਤੋਂ ਬੜਾ ਸਪੱਸ਼ਟ ਹੋ ਰਿਹਾ ਵੀ ਇਹ ਸਰਵਾਈਵਲ ਹੈ ਸੁਖਬੀਰ ਬਾਦਲ ਹੋਣਾਂ ਲਈ ਵੀ, ਔਰ ਅਕਾਲੀ ਦਲ ਵੀ ਜਿਹੜੀ ਆ ਜਿਹੜੀਆਂ ਇਲੈਕਸ਼ਨ ਆ ਰਹੀਆਂ। ਜਿੱਥੋਂ ਤੱਕ ਕੈਪਟਨ ਸਾਹਿਬ ਦੀ ਗੱਲ, ਮੈਨੂੰ ਲੱਗਦਾ ਵੀ ਕੈਪਟਨ ਸਾਹਿਬ ਤਾਂ ਬਹੁਤ ਤਗੜੇ ਮੁੱਖ ਮੰਤਰੀ ਨੇ, 77-78 ਉਹਨਾਂ ਕੋਲ MLA ਨੇ, ਜਿੱਤ ਗਏ ਤਾਂ ਵੀ ਹਾਰ ਗਏ ਤਾਂ ਹੀ, ਮੈਨੂੰ ਲੱਗਦਾ ਉਹਨਾਂ ਦੇ ਭਵਿੱਖ 'ਤੇ ਬਹੁਤ ਅਸਰ ਨਹੀਂ ਪੈਣਾ ਇਸ ਗੱਲ ਦਾ। ਪਰਨੀਤ ਕੌਰ ਨਾਲ, ਮੈਨੂੰ ਲੱਗਦਾ ਉਹਨਾਂ 'ਤੇ ਬਹੁਤ ਅਸਰ ਨਹੀਂ ਪੈਂਦਾ, ਬਹੁਤ ਅਸਰ ਨਹੀਂ ਪੈਣਾ। ਚਲੋ ਆਮ ਆਦਮੀ ਪਾਰਟੀ ਦਾ ਸਰਵਾਈਵਲ ਹੋਊਗਾ ਕਿ ਨਹੀਂ? ਆਮ ਆਦਮੀ ਪਾਰਟੀ ਦਾ ਹੋਂਦ ਦੀ ਲੜਾਈ ਹੈ, ਆਮ ਆਦਮੀ ਪਾਰਟੀ ਦੀ ਹੋਂਦ ਦੀ ਲੜਾਈ ਹੈ। ਇਹ ਇਲੈਕਸ਼ਨ 'ਚ ਜਿਹੜੀਆਂ ਵੋਟਾਂ ਆਮ ਆਦਮੀ ਪਾਰਟੀ ਦੇ ਕੈਂਡੀਡੇਟਾਂ ਦੀਆਂ ਸੰਦੂਕੜੀਆਂ 'ਚੋਂ ਨਿਕਲਣਗੀਆਂ, ਉਹਦੇ ਆਧਾਰ 'ਤੇ ਇਹਨਾਂ ਦੀ ਹੋਂਦ ਬਚਦੀ ਕਿ ਨਹੀਂ ਬਚਦੀ, ਉਹ ਫੈਸਲਾ ਕੀਤਾ। ਚਲੋ ਬਹੁਤ ਧੰਨਵਾਦ ਤਲਵਿੰਦਰ ਸਿੰਘ ਜੀ ਤੁਹਾਡਾ, ਸੰਗੇੜਾ ਸਾਹਿਬ ਤੁਹਾਡਾ, ਤਨਜੀਤ ਬਰਾੜ ਤੁਹਾਡਾ ਬਹੁਤ ਧੰਨਵਾਦ, ਗੁਰਮਨੀਤ ਸਿੰਘ ਮਾਂਗਰ ਤੁਹਾਡਾ ਬਹੁਤ ਧੰਨਵਾਦ। ਪੰਜਾਬ 19 ਮਈ 2019 ਇਹ ਬਹੁਤ ਕੁਛ ਤੈਅ ਕਰੇਗਾ, ਇਹ ਤੈਅ ਕਰੇਗਾ ਕਿ ਆਵਾਜ਼ ਪੰਜਾਬ ਕਹਿੰਦੀ ਕੀ ਹੈਗੀ ਹੈ, ਤੈਅ ਕਰੇਗਾ ਕਿ ਆਮ ਆਦਮੀ ਪਾਰਟੀ ਦੀ ਹੋਂਦ ਬਾਕੀ ਰਹੇਗੀ ਕਿ ਨਹੀਂ ਰਹੇਗੀ, ਇਹ ਤੈਅ ਕਰੇਗਾ ਕੈਪਟਨ ਪਰਿਵਾਰ ਅਤੇ ਬਾਦਲ ਪਰਿਵਾਰ ਦਾ ਸਿਆਸੀ ਭਵਿੱਖ ਕੀ ਹੋਵੇਗਾ, ਇਹ ਬਹੁਤ ਕੁਛ ਤੈਅ ਕਰੇਗਾ। ਪੰਜਾਬ ਦਾ ਅਖਾੜਾ ਸੀਟਾਂ ਸਿਰਫ 13 ਪਰ 13 ਸੀਟਾਂ ਦੱਸ ਦੇਣਗੀਆਂ ਕਿ ਪੰਜਾਬ ਕਿੱਥੇ ਖੜਾ, ਕੀ ਕਹਿੰਦੀ ਆਵਾਜ਼ ਪੰਜਾਬ। ਇੰਤਜ਼ਾਰ ਕਰਾਂਗੇ ਜਦੋਂ ਬਾਕੀ ਕੈਂਡੀਡੇਟ 4 ਸੀਟਾਂ 'ਤੇ ਰਹਿੰਦੇ ਆ, ਉਹ ਅਨਾਊਂਸ ਹੋ ਜਾਣਗੇ, ਉਹਨਾਂ 'ਤੇ ਵੀ ਡਿਬੇਟ ਹੋਵੇਗੀ, ਕਿਉਂਕਿ ਪੈਰਾਸ਼ੂਟ ਦੇ ਵਿਚਾਲੇ ਬਾਦਲ ਪਰਿਵਾਰ ਵੀ ਖੜਾ ਹੈਗਾ ਅਤੇ ਇਸ ਬਾਦਲ ਪਰਿਵਾਰ ਦਾ ਸਿਆਸੀ ਭਵਿੱਖ ਜੋ ਤੈਅ ਹੋਊਗਾ। ਜੇ ਬਾਦਲ ਪਰਿਵਾਰ ਦੇ ਦੋਨੋਂ ਕੈਂਡੀਡੇਟ ਆਪਣੇ ਹੀ ਪਰਿਵਾਰ ਵਿੱਚੋਂ ਹੋਏ ਤਾਂ ਫਿਰ ਮੁਕਾਬਲੇ ਦੇ ਵਿੱਚ ਭਵਿੱਖ ਦੇ ਸਵਾਲ ਹੋਰ ਖੜ੍ਹੇ ਹੋ ਜਾਣਗੇ ਅਤੇ ਉਹਨਾਂ ਸਵਾਲਾਂ 'ਤੇ ਚਰਚਾ ਹੋਵੇਗੀ। ਬਹੁਤ ਧੰਨਵਾਦ।